ਉਹ ਐਕਸਪੀਰੀਅੰਸ ਦੱਸਿਓ ਐਜ਼ ਆ ਓਨਰ ਆਪਰੇਟਰ ਜਦੋਂ ਤੁਸੀਂ ਇੱਕ ਟਰੱਕ ਤੁਹਾਡੇ ਕੋਲ ਹੁੰਦਾ ਸੀ। ਹੁਣ ਮੈਨੂੰ ਪਤਾ ਪਰਮਾਤਮਾ ਦੀ ਕਿਰਪਾ ਪੂਰੀ, ਹੁਣ ਸੈਂਕੜਿਆਂ ਦੇ ਵਿੱਚ ਟਰੱਕ ਤੁਹਾਡੇ ਇੱਥੇ ਚੱਲਦੇ ਆ ਨਾ, ਟ੍ਰੇਲਰ ਚੱਲਦੇ ਆ। ਟੈਕਸੀ ਲੈ ਲਈ ਤਾਂ ਉਹ ਕਹਿੰਦੇ ਵੀ ਹੁਣ ਤੂੰ 1500 ਰੁਪਈਆ ਕਮਾਉਣ ਲੱਗ ਜਾਣਾ। ਮੈਂ ਕਿਹਾ ਤੁਸੀਂ ਕਿੰਨਾ ਕਮਾਉਂਦੇ ਆ? ਤਾਂ ਤੁਹਾਨੂੰ ਤਾਂ 6-7 ਸਾਲ ਹੋ ਗਏ। ਕਹਿੰਦੇ ਅਸੀਂ ਵੀ 1500 ਹੀ ਕਮਾਉਂਦੇ ਆ। ਮੈਂ ਕਿਹਾ ਟੈਕਸੀ ਕੈਂਸਲ। ਬਹੁਤ ਹੀ ਮਾੜਾ ਟਾਈਮ ਦੇਖਿਆ ਮਹਾਰਾਜ ਸੱਚੇ ਪਾਤਸ਼ਾਹ ਨੇ, ਕੋਈ ਇਮਤਿਹਾਨ ਲੈ ਰਿਹਾ ਸੀਗਾ। ਅਤੇ ਮੇਰੀ ਜਿਹੜੀ ਜੁੱਤੀ ਸੀਗੀ ਉਹਦੇ ਤਲਵੇ ਥੱਲੇ ਲੱਗ ਰਿਹਾ ਸੀ। ਹੁਣ ਤੁਸੀਂ ਦੇਖ ਰਹੇ ਆ ਕੋਈ 200-200 ਟਰੱਕ, ਕੋਈ 500-500 ਟਰੱਕਾਂ ਵਾਲੇ ਵੀ ਕੰਪਨੀਆਂ ਹੈਗੀਆਂ, ਅਤੇ ਕੋਈ 2-2 ਟਰੱਕਾਂ ਵਾਲੇ ਵੀ ਰੋਈ ਜਾਂਦੇ ਆ। ਇਹ ਹਰੇਕ ਬੰਦੇ ਦੀ ਆਪਣੀ ਆਪਣੀ ਆ। ਮੇਰੇ ਕੋਈ ਇੰਪਲਾਈ ਨਹੀਂ ਹੈਗਾ ਜੀ, ਅਸੀਂ ਸਾਰੇ ਇਕੱਠੇ ਕੰਮ ਕਰਦੇ ਹਾਂ। ਤਾਂ ਮੈਂ ਮੇਰੇ ਕੋਲ ਤਕਰੀਬਨ 650 ਤੋਂ ਉੱਤੇ ਬੰਦੇ ਹੈਗੇ। ਜਿਹੜਾ ਹੁਣ ਕਿਸਾਨਾਂ ਦਾ ਚੱਲ ਰਿਹਾ, ਮੈਂ ਅੱਜ ਹੀ ਸੁਖਵਿੰਦਰ ਭਾਅ ਜੀ ਨੂੰ ਫੋਨ ਕੀਤਾ। ਮੈਂ ਕਿਹਾ ਵੀ ਆਪਾਂ ਇੱਦਾਂ ਕਰਦੇ ਹਾਂ ਵੀ ਇੱਥੇ ਕਿਤੇ ਚੱਲਦੇ ਹਾਂ ਵੀ ਜਿੱਦਾਂ ਸ਼ੋਪ ਰਾਈਟਾਂ ਜਿਹੜੇ ਵੱਡੇ ਸਟੋਰ ਆ ਉਹਨਾਂ ਨੂੰ ਕੀ ਚਾਹੀਦਾ, ਜੋ ਵੀ ਕਿਸਾਨਾਂ ਨੂੰ ਦਾ ਆਪਾਂ ਉਹ ਜਿਹੜੇ ਜ਼ਮੀਨ ਆ ਰਹਿਣ ਦਿਓ, ਆਪਾਂ ਇਹਨਾਂ ਨੂੰ ਕੁਛ ਨਹੀਂ ਵੇਚਣਾ। ਜੋ ਇੱਥੇ ਚਾਹੀਦਾ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਉਗਾਓ, ਉਹਨਾਂ ਨੂੰ ਪੂਰਾ ਦਿੰਦੇ ਪੈਸਾ, ਆਪਾਂ ਉੱਥੇ ਸ਼ਿਪ ਕਰਾ ਕੇ ਇੱਥੇ ਲਿਆ ਕੇ ਇੱਥੇ ਵੇਚਦੇ ਹਾਂ। ਬਿਜ਼ਨਸ ਲਈ ਨਹੀਂ, ਕਿਸਾਨਾਂ ਲਈ। ਓਮਕਾਰ ਸਿੰਘ ਨਿਊ ਜਰਸੀ ਦੀ ਉਹ ਸ਼ਖਸੀਅਤ ਜਿਨ੍ਹਾਂ ਦਾ ਪੰਜਾਬੀ ਕਮਿਊਨਿਟੀ ਦੇ ਵਿੱਚ ਜਾਣਿਆ ਪਹਿਚਾਣਿਆ ਨਾਮ ਹੈ। ਇਹਨਾਂ ਨੇ ਹੁਣ ਤੱਕ ਪੰਜਾਬੀ ਕਮਿਊਨਿਟੀ ਦੇ ਕੰਮਾਂ ਕਾਰਾਂ ਦੇ ਵਿੱਚ ਵੱਧ ਚੜ ਕੇ ਹਿੱਸਾ ਪਾਇਆ, ਭਾਵੇਂ ਉਹ ਲੈਟ ਸ਼ੇਅਰ ਅਮੀਰ ਨਾਮ ਦੀ ਸੰਸਥਾ ਹੋਵੇ ਜਿਸ ਦੇ ਤਹਿਤ ਉਹ ਸਾਰਾ ਸਾਲ ਲੋੜਵੰਦਾਂ ਦੀ ਮਦਦ ਕਰਦੇ ਨੇ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਵਾਲੇ ਦਿਨ ਸ਼ੈਲਟਰਸ ਹੋਮਸ ਤੱਕ ਫੂਡ ਪਹੁੰਚਾਉਣ ਦਾ ਕੰਮ ਵੀ ਕਰਦੇ ਨੇ। ਤੁਹਾਨੂੰ ਦੱਸ ਦਈਏ ਕਿ ਓਮਕਾਰ ਸਿੰਘ ਦੀ ਪੂਰੀ ਟੀਮ ਮਿਲ ਕੇ ਇਸ ਮਿਸ਼ਨ ਨੂੰ ਚਲਾਉਂਦੀ ਹੈ। ਇਸ ਦੇ ਨਾਲ ਨਾਲ ਸਿੱਖ ਅਮੈਰੀਕਨ ਚੈਂਬਰ ਚਲਾਉਣ ਦੇ ਵਿੱਚ ਵੀ ਓਮਕਾਰ ਸਿੰਘ ਜੀ ਦਾ ਖਾਸ ਯੋਗਦਾਨ ਹੈ। ਇਸ ਦੁਆਰਾ ਕਮਿਊਨਿਟੀ ਦੇ ਜਿਨ੍ਹਾਂ ਲੋਕਾਂ ਨੂੰ ਜੌਬਸ ਦੀ ਜ਼ਰੂਰਤ ਹੁੰਦੀ ਹੈ ਉਹਨਾਂ ਨੂੰ ਜੌਬਸ ਦਵਾਉਣ ਅਤੇ ਨਵਾਂ ਬਿਜ਼ਨਸ ਸ਼ੁਰੂ ਕਰਨ ਵਾਲਿਆਂ ਦੀਆਂ ਪੁਰਾਣੇ ਬਿਜ਼ਨਸਮੈਨ ਦੇ ਨਾਲ ਮੀਟਿੰਗ ਕਰਨ ਦੇ ਵਿੱਚ ਵੀ ਮਦਦ ਕੀਤੀ ਜਾਂਦੀ ਹੈ ਤਾਂ ਕਿ ਨਵੇਂ ਬਿਜ਼ਨਸਮੈਨ ਸਫਲਤਾ ਪੂਰਵਕ ਆਪਣਾ ਬਿਜ਼ਨਸ ਚਲਾ ਸਕਣ। ਤੁਹਾਨੂੰ ਦੱਸ ਦਈਏ ਕਿ ਓਮਕਾਰ ਸਿੰਘ ਇੱਕ ਅਜਿਹੇ ਸਫਲ ਬਿਜ਼ਨਸਮੈਨ ਨੇ ਜਿਨ੍ਹਾਂ ਦਾ ਟਰੱਕਿੰਗ ਦਾ ਕੰਮ ਵੀ ਬਹੁਤ ਵੱਡੇ ਲੈਵਲ ਤੇ ਚੱਲਦਾ ਹੈ, ਜਿਸ ਦੇ ਨਾਲ ਉਹਨਾਂ ਵੱਲੋਂ ਟਰਾਂਸਪੋਰਟੇਸ਼ਨਸ, ਵੇਅਰਹਾਊਸ, ਰੀਅਲ ਸਟੇਟ ਤੇ ਫਾਈਨਾਂਸ ਦਾ ਕੰਮ ਵੀ ਕੀਤਾ ਜਾਂਦਾ ਹੈ। ਇਹਨਾਂ ਬਿਜ਼ਨਸ ਦੇ ਕੰਮਾਂ ਦੇ ਨਾਲ ਨਾਲ ਓਮਕਾਰ ਸਿੰਘ ਵੱਲੋਂ ਲੋਕ ਭਲਾਈ ਦੇ ਸਾਰੇ ਕੰਮ ਕੀਤੇ ਜਾਂਦੇ ਨੇ। ਸੋ ਪੰਜਾਬ ਦੇ ਦੌਲਤਪੁਰ ਪਿੰਡ ਤੋਂ ਨਿਊ ਜਰਸੀ ਤੱਕ ਪੁੱਜਣਾ, ਇੱਕ ਟਰੱਕ ਤੋਂ ਸੈਂਕੜੇ ਟਰੱਕ ਬਣਾ ਲੈਣਾ ਤੇ ਪਿੰਡ ਤੋਂ ਚੱਲ ਕੇ ਨਿਊ ਜਰਸੀ ਦੇ ਵਿੱਚ ਸਫਲ ਬਿਜ਼ਨਸਮੈਨ ਬਣ ਜਾਣਾ ਇੰਨਾ ਸੌਖਾ ਤਾਂ ਨਹੀਂ ਹੈ। ਆਖਿਰ ਕੀ ਹੈ ਓਮਕਾਰ ਸਿੰਘ ਜੀ ਦੀ ਸਫਲਤਾ ਦੀ ਚਾਬੀ, ਕਿਵੇਂ ਰਿਹਾ ਉਹਨਾਂ ਦਾ ਇਹ ਸਾਰਾ ਸਫ਼ਰ, ਆਓ ਜਾਣਦੇ ਹਾਂ ਉਹਨਾਂ ਦੀ ਹੀ ਜ਼ੁਬਾਨੀ। ਵਫ਼ਾਦਾਰ ਹੈ ਮਿੱਟੀ ਪੰਜਾਬ ਵਾਲੀ ਤੇ ਵਫ਼ਾਦਾਰ ਹੈ ਖੂਨ ਪੰਜਾਬੀਆਂ ਦਾ, ਯਾਰੀ ਇਹਨਾਂ ਦੇ ਨਾਲ ਦੀ ਨਹੀਂਓ ਕਿਤੇ ਵੈਰ ਮੰਨਣਾ ਪਊ ਪੰਜਾਬੀਆਂ ਦਾ। ਜੱਗੋਂ ਬਾਹਰੀਆਂ ਪੱਲੇ ਵਿੱਚ ਖੂਬੀਆਂ ਨੇ ਜਿੱਥੇ ਜਾਂਦੇ ਪਛਾਣ ਬਣਾ ਲੈਂਦੇ, ਦੇਬੀ ਪੇਟ ਲਈ ਕਿਤੇ ਵੀ ਜਾ ਬੈਠਣ ਅਤੇ ਟੌਰ ਵੱਖਰਾ ਹੀ ਰਹੂ ਪੰਜਾਬੀਆਂ ਦਾ। ਪ੍ਰੋਗਰਾਮ ਮੇਰਾ ਅਮੈਰੀਕਾ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਗਿੱਲ ਪ੍ਰਦੀਪ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ, ਸਾਡੇ ਨਿਊ ਜਰਸੀ ਦੇ ਵਿੱਚ ਇੱਕ ਪੰਜਾਬੀ ਭਰਾ ਰਹਿੰਦਾ ਹੈ, ਸਫਲਤਾ ਦੀਆਂ ਪੌੜੀਆਂ ਕਿਸ ਤਰ੍ਹਾਂ ਚੜ੍ਹੀਆਂ ਹੈ, ਕਿਵੇਂ ਪਲੱਸ ਟੂ ਉਹਨੇ ਇੰਡੀਆ ਦੇ ਵਿੱਚ ਹੀ ਪੰਜਾਬ ਦੇ ਵਿੱਚ ਕੀਤੀ ਹੈ ਅਤੇ ਫਿਰ ਉਸ ਤੋਂ ਬਾਅਦ ਅਮੈਰੀਕਾ ਦੇ ਵਿੱਚ ਆਏ ਅਤੇ ਕਿਵੇਂ ਪੌੜੀ ਦਰ ਪੌੜੀ ਚੜ੍ਹਦੇ ਗਏ, ਉਹਨਾਂ ਦੀ ਸਫਲਤਾ ਦਾ ਰਾਜ਼ ਉਹਨਾਂ ਦੀ ਜ਼ੁਬਾਨੀ ਅੱਜ ਅਸੀਂ ਤੁਹਾਡੇ ਸਨਮੁੱਖ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਵੀ ਜੇ ਮਿਹਨਤ ਅਤੇ ਲਗਨ ਅਤੇ ਪਰਮਾਤਮਾ ਦੇ ਉੱਪਰ ਆਪਣਾ ਵਿਸ਼ਵਾਸ ਤੁਹਾਡਾ ਕਾਇਮ ਹੈ ਤਾਂ ਤੁਸੀਂ ਕੀ ਨਹੀਂ ਕਰ ਸਕਦੇ, ਇਹਦੇ ਬਾਰੇ ਗੱਲਬਾਤ ਕਰਾਂਗੇ। ਸਾਡੇ ਨਾਲ ਨੇ ਓਮਕਾਰ ਸਿੰਘ ਜੀ। ਓਮਕਾਰ ਸਿੰਘ ਜੀ ਸਵਾਗਤ ਹੈ ਸਾਡੇ ਪ੍ਰੋਗਰਾਮ ਮੇਰਾ ਅਮੈਰੀਕਾ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਵੀ। ਔਰ ਓਮਕਾਰ ਸਿੰਘ ਜੀ, ਸਭ ਤੋਂ ਪਹਿਲਾਂ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਪਿੰਡ ਬਾਰੇ, ਉਹਦੇ ਬਾਰੇ ਸਾਨੂੰ ਦੱਸੋ ਵੀ
ਕਿੱਥੋਂ ਤੁਸੀਂ ਬਿਲੋਂਗ ਕਰਦੇ ਹੋ ਅਤੇ ਪਿੰਡ ਦੇ ਵਿੱਚ ਜਿਹੜਾ ਤੁਹਾਡਾ ਬਚਪਨ ਬੀਤਿਆ ਉਹਦੇ ਬਾਰੇ ਥੋੜ੍ਹਾ ਜਿਹਾ ਦੱਸੋ। ਫਿਰ ਉਸ ਤੋਂ ਬਾਅਦ ਇਸ ਕੰਟਰੀ ਦੇ ਵਿੱਚ ਆਏ, ਇੱਥੇ ਕਿਹੜੇ ਕਿਹੜੇ ਕੰਮ ਕਾਰ ਕੀਤੇ, ਉਹਨਾਂ ਬਾਰੇ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਜਿਹੜੇ ਬਚਪਨ ਦੀਆਂ ਯਾਦਾਂ, ਪੇਂਡੂ ਲਾਈਫ, ਉਹਦੇ ਬਾਰੇ ਦੱਸੋ। ਬਿਲਕੁਲ ਜੀ, ਬਸ ਸਵੇਰੇ ਸੁੱਤੇ ਉੱਠ ਗਏ, ਸਕੂਲ ਚਲ ਗਏ ਤਾਂ ਸਕੂਲੋਂ ਆਣ ਕੇ ਸਿੱਧਾ ਫੁੱਟਬਾਲ ਹੀ ਖੇਡਿਆ। ਕਹਿ ਲਓ ਕਿ ਜਦੋਂ ਵੀ ਪਹੁੰਚ ਗਏ ਘਰ, ਉਸ ਤੋਂ ਬਾਅਦ ਸ਼ਾਮ ਨੂੰ 4 ਵਜੇ ਤੋਂ ਲਾ ਕੇ ਜਦੋਂ ਤੱਕ ਫੁੱਟਬਾਲ ਗੁਆਚ ਨਹੀਂ ਸੀ ਜਾਂਦਾ ਉਦੋਂ ਤੱਕ ਫੁੱਟਬਾਲ ਹੀ ਖੇਡਦੇ ਹੁੰਦੇ ਸੀ। ਪਿੰਡ ਦੇ ਵਿੱਚ ਫੁੱਟਬਾਲ ਦੌਲਤਪੁਰ ਜੀ, ਦੌਲਤਪੁਰ ਹੀ ਫੁੱਟਬਾਲ ਖੇਡਿਆ ਤਾਂ ਬਸ ਉੱਥੇ ਹੀ ਖੇਡਦੇ। ਥੋੜ੍ਹਾ ਜਿਹਾ ਬਚਪਨ ਦੇ ਆੜੀਆਂ ਬਾਰੇ ਵੀ ਦੱਸੋ ਵੀ ਜਦੋਂ ਉਦੋਂ ਖੇਡਦੇ ਹੁੰਦੇ ਸੀਗੇ ਅਤੇ ਕਿਹੜੇ ਕਿਹੜੇ ਨਾਲ ਫੁੱਟਬਾਲ ਖੇਡਣ ਵਾਲੇ ਸੀ ਅਤੇ ਜਿਨ੍ਹਾਂ ਦੇ ਵਿੱਚ ਹੁਣ ਵੀ ਗੱਲਬਾਤ ਹੁੰਦੀ ਰਹਿੰਦੀ ਜਿਨ੍ਹਾਂ ਦੇ ਨਾਲ। ਹਾਂਜੀ ਬਿਲਕੁਲ ਜੀ, ਬਹੁਤ ਆੜੀ ਨੇ। ਹੁਣ ਵੀ ਮੁੰਡਾ ਹੈਗਾ ਆਪਣਾ ਜਸਵੰਤ ਭਾਅ ਜੀ, ਨਿਊਯਾਰਕ ਰਹਿੰਦੇ ਨੇ, ਤਾਂ ਹੋਰ ਆਪਣਾ ਬਿੰਦਰ ਮੁੰਡਾ ਉੱਥੇ ਲੈਂਡ ਦੇ ਵਿੱਚ ਹੈਗਾ ਆ, ਤਾਂ ਹੋਰ ਸਾਡੇ ਸਾਰੇ ਪਿੰਡ ਦੇ ਕੁਛ ਪਿੰਡ ਵਿੱਚ ਹੈਗੇ ਨੇ। ਮੇਰਾ ਦੋਸਤ ਆ ਬਲਵੀਰ ਸਿੰਘ, ਦੌਲਤਪੁਰ ਹੀ ਆ, ਤਾਂ ਉਹ ਸਾਡਾ ਫੁੱਲ ਬੈਕ ਸਿੰਘ ਖੇਡਦਾ ਹੁੰਦਾ, 13 ਸਾਲਾਂ ਦਾ ਸੀਗਾ, ਤਾਂ ਜਦੋਂ ਮੈਨੂੰ ਓਪਨ ਟੀਮ ਦੇ ਵਿੱਚ ਮੈਨੂੰ ਕਹਿੰਦਾ ਤੂੰ ਖੜ ਗੋਲਾਂ 'ਚ, ਮੈਂ ਗੋਲਕੀਪਰ ਖੇਡਦਾ ਸੀ ਪਿੰਡੋਂ, ਤਾਂ ਅਸੀਂ ਉਹਨਾਂ ਟਾਈਮਾਂ ਦੇ ਵਿੱਚ 1990 ਦੇ ਵਿੱਚ ਅਸੀਂ ਚੈਲੇਂਜ ਕੱਪ ਜਿੱਤ ਕੇ ਲਿਆ ਸੀ, ਜਿਹਦਾ ਕਿ 2 ਤੋਲੇ ਦਾ ਉਹਦਾ ਇਨਾਮ ਸੀਗਾ, ਤਾਂ ਜਿਹਦੇ 7 ਮੈਚ ਹੋਏ ਸੀਗੇ, 7 ਦੇ ਵਿੱਚੋਂ 4 ਮੈਚ ਪੈਨਲਟੀਆਂ 'ਤੇ ਜਿੱਤੇ ਸੀਗੇ, ਤਾਂ ਜਿਹਦਾ ਗੋਲਕੀਪਰ ਮੈਂ ਸੀ। ਕਿਆ ਬਾਤ ਹੈ, ਕਿਆ ਬਾਤ। ਓਂਕਾਰ ਸਿੰਘ ਜੀ, ਹੁਣ ਦੱਸੋ ਵੀ ਚਲੋ ਉੱਥੇ ਖੇਡਾਂ ਵੀ ਹੋ ਗਈਆਂ ਪਿੰਡ ਦੇ ਵਿੱਚ, ਪਲੱਸ ਟੂ ਦੇ ਹਜੇ ਤੁਸੀਂ ਗੱਲ ਕੀਤੀ ਹੈ, ਜਿੱਦਾਂ ਵੀ ਪਲੱਸ ਟੂ ਦੇ ਜਿਹੜੇ ਪੇਪਰ ਪੈ ਗਏ ਸੀ, ਰਿਜ਼ਲਟ ਨਹੀਂ ਆਇਆ ਹਜੇ, ਹੈ ਨਾ, ਅਤੇ ਫਿਰ ਬਾਹਰ ਆਉਣ ਦਾ ਸਬੱਬ ਕਿਵੇਂ ਬਣਿਆ ਸੀ ਅਤੇ ਕਿਹੜੇ ਸੰਨ ਦੇ ਵਿੱਚ ਤੁਸੀਂ ਅਮੈਰੀਕਾ ਹੀ ਸਿੱਧੇ ਆਏ ਸੀ ਕਿ ਕਿਸੇ ਹੋਰ ਰਸਤੇ ਆਏ ਸੀ? ਹਾਂਜੀ ਬਸ ਘੁੰਮਦੇ ਘੁੰਮਾਉਂਦੇ ਜੀ, ਪਹਿਲਾਂ ਇੱਥੇ ਅਰਜਨਟੀਨਾ ਗਏ, ਫਿਰ ਬ੍ਰਾਜ਼ੀਲ ਗਏ, ਫਿਰ ਕੈਨੇਡਾ, ਕੈਨੇਡਾ ਤੋਂ ਫਿਰ ਇੱਥੇ ਆ ਗਏ ਸੀਗੇ, ਤਾਂ ਉਦੋਂ ਦੀਆਂ ਯਾਦਾਂ। ਸਾਰੇ ਹਰੇਕ ਬੰਦਾ ਆਪਣੇ ਬੈਟਰ ਲਾਈਫ ਲਈ ਨਿਕਲਣਾ ਚਾਹੁੰਦਾ, ਰਾਈਟ, ਤਾਂ ਬੈਟਰ ਲਾਈਫ ਲਈ ਹੀ ਇਹ ਤੁਰ ਪਏ ਸੀਗੇ ਕਿ ਹੁਣ ਬੈਟਰ ਲਾਈਫ ਇੱਥੇ ਨਹੀਂ ਹੋਣੀ ਇੰਨੀ, ਕਿ ਹੁਣ ਇਹ ਬਾਹਰ ਜਾ ਕੇ ਹੋਣੀ ਆ, ਤਾਂ ਮਹਾਰਾਜ ਨੇ ਸਾਥ ਦਿੱਤਾ ਤਾਂ ਇੱਥੇ ਪਹੁੰਚ ਗਿਆ। ਉੱਥੇ ਬੈਟਰ ਕਿਉਂ ਨਹੀਂ ਗਾ? ਉੱਥੇ ਸੋਰਸਿਸ ਆਪਣੇ ਜੇ ਹਿਸਾਬ ਨਾਲ ਆਪਾਂ ਸੀਗੇ, ਸੋਰਸਿਸ ਜਿੱਦਾਂ ਕਿ ਸੀਗੇ ਆਪਣੇ, ਕਿ ਇੰਨੀ ਜ਼ਮੀਨ ਜਾਇਦਾਦ ਵੀ ਹੈ ਨਹੀਂ ਸੀਗੀ ਕਿ ਆਪਾਂ ਉਹਨੂੰ ਬੈਟਰ ਕਰ ਸਕੀਏ, ਤਾਂ ਉਹਨਾਂ ਪੜ੍ਹਾਈ ਵੱਲ ਵੀ ਨਹੀਂ ਸੀਗਾ, ਕਿਉਂਕਿ ਜਿਹੜਾ ਨਾ ਬੰਦਾ, ਜਿਸ ਵੀ ਬੰਦਾ ਵੀ ਕੋਈ ਵੀ ਬੰਦਾ ਨਿਕਲਦਾ, ਉਹ ਉਹਨਾਂ ਦਾ ਮਾਹੌਲ ਦਾ ਬਹੁਤ ਅਸਰ ਪੈਂਦਾ, ਕਿ ਜਦੋਂ ਸਾਰੇ ਪਿੰਡ ਦੇ ਬੰਦੇ ਜਾ ਹੀ ਜਾ ਰਹੇ ਆ, ਤੋ ਇੱਕ ਪਾਸੇ ਨੂੰ ਜਾਈ ਰਹਿੰਦੇ, ਉਹ ਫਿਰ ਬੰਦਾ ਕਹਿੰਦਾ ਮੈਂ ਵੀ ਜਾਣਾ ਹੀ ਹਾਂ, ਤਾਂ ਕੋਈ ਨਾ ਕੋਈ ਬੈਟਰ ਹੋਊਗਾ, ਚਲ ਚੱਲਦੇ ਹਾਂ ਬਾਹਰ, ਤਾਂ ਦੈਟਸ ਵਾਈ ਵੀ ਲੈਫਟ। ਸੋ 1990 ਦੇ ਵਿੱਚ ਪੈਰ ਧਰਾਵਾ ਹੋ ਗਿਆ ਸੀਗਾ ਤੁਹਾਡਾ ਇੱਥੇ ਅਮੈਰੀਕਾ ਦੀ ਧਰਤੀ 'ਤੇ, ਹੈ ਨਾ, ਇੱਥੇ ਆ ਕੇ, ਕਿਉਂਕਿ ਜਿਵੇਂ ਕਹਿੰਦੇ ਹੁੰਦੇ ਆ ਵੀ ਨਵੇਂ ਨਵੇਂ ਆਏ ਹਾਂ ਪੰਜਾਬ ਤੋਂ, ਹੌਲੀ ਹੌਲੀ ਕਰਾਂਗੇ ਤਰੱਕੀਆਂ, ਤਰੱਕੀ ਹੌਲੀ ਹੌਲੀ ਹੁੰਦੀ ਆ, ਪਰ ਪਹਿਲੀ ਜੋਬ ਲੱਭਣੀ ਬੜੀ ਔਖੀ ਹੁੰਦੀ ਆ, ਸਭ ਤੋਂ ਔਖਾ ਹੀ ਕੰਮ ਉਹ ਹੁੰਦਾ ਇੱਥੇ ਆ ਕੇ, ਬਾਕੀ ਸਾਰਾ ਕੁਝ ਸੈੱਟ ਹੋ ਜਾਂਦਾ। ਪਹਿਲੀ ਜੋਬ ਕਿੱਥੇ ਕੀਤੀ ਸੀ ਔਰ ਕਿੰਨੇ ਪੈਸੇ ਮਿਲੇ ਸੀ ਅਤੇ ਕਿਵੇਂ ਲੱਗਿਆ ਸੀ ਮਨ ਨੂੰ ਵੀ ਚੰਗੇ ਭਵਿੱਖ ਦੀ ਭਾਲ ਦੇ ਵਿੱਚ ਆ ਤਾਂ ਗਏ ਹਾਂ, ਹੁਣ ਲੱਗਦਾ ਚੰਗਾ ਭਵਿੱਖ ਬਣੂਗਾ ਕਿ ਨਹੀਂ? ਆਪਣੇ ਭਾਅ ਜੀ ਰਹਿੰਦੇ ਆ ਰਾਣਾ ਭਾਅ ਜੀ ਉੱਥੇ ਲੋਡਾਈ ਦੇ ਵਿੱਚ, ਉਹਨਾਂ ਦੇ ਘਰ 'ਚ ਆ ਕੇ ਰਹੇ ਸੀਗੇ, ਉਹੀ ਨਾਲ ਲੈ ਕੇ ਆਏ ਸੀਗੇ, ਤੇਜਿੰਦਰ ਵੀ ਮੇਰੇ ਨਾਲ ਆਇਆ ਸੀਗਾ, ਫਿਰ ਪਹਿਲੀ ਜੋਬ ਵੀ ਉਹਨਾਂ ਨੇ ਲਵਾਈ ਸੀਗੀ ਗੈਸ ਸਟੇਸ਼ਨ ਦੇ ਉੱਤੇ ਜਰਸੀ ਸਿਟੀ, ਤਾਂ ਉੱਥੇ ਜੋਬ ਲਵਾਉਣ ਦੇ ਵਿੱਚ ਉਦੋਂ ਯਾਦਵਿੰਦਰ ਭਾਅ ਜੀ ਉੱਥੇ ਕੰਮ ਕਰਦੇ ਸੀਗੇ, ਤਾਂ ਯਾਦਵਿੰਦਰ ਹੁਣਾਂ ਭਾਅ ਜੀ ਦਾ ਤਹਿ ਦਿਲੋਂ ਹਮੇਸ਼ਾ ਹੀ ਸਤਿਕਾਰ ਇਸੇ ਲਈ ਆ ਕਿ ਉਹਨਾਂ ਨੇ ਜੋਬ ਛੱਡੀ ਸੀ ਤਾਂ ਮੈਨੂੰ ਮਿਲੀ ਸੀ। ਹਾਂਜੀ, ਪਹਿਲੀ ਜੋਬ ਉੱਥੇ ਸੀਗੀ, ਅਤੇ $4.5 ਘੰਟੇ ਦੇ ਕੰਮ ਕਰਦੇ ਸੀ, ਤਾਂ ਉੱਥੋਂ ਕੰਮ ਕਰਦੇ ਕਰਦੇ ਕਿ ਉੱਥੇ ਗੈਸ ਸਟੇਸ਼ਨ ਸੀਗਾ, ਉੱਥੇ ਟਰੱਕ ਵੀ ਆਉਂਦੇ ਸੀਗੇ, ਤਾਂ ਫਿਰ ਟਰੱਕਾਂ ਵਾਲਿਆਂ ਨੂੰ ਕਦੀ ਕਹਿਣਾ ਵੀ ਚੱਲ ਯਾਰ ਸਾਨੂੰ ਟਰੱਕ ਅੱਗੇ ਕਰ ਲੈਣ ਦੇ, ਸਾਨੂੰ ਪਿੱਛੇ ਕਰ ਲੈਣ ਦੇ, ਤਾਂ ਉਹਦੇ ਸ਼ੌਂਕ ਜਿਹਾ ਨਹੀਂ ਹੁੰਦਾ, ਇੰਡੀਆ ਪੰਜਾਬੀਆਂ ਨੂੰ ਵੀ ਟਰੈਕਟਰ ਚਲਾਉਂਦੇ ਆਏ ਸੀਗੇ, ਤਾਂ ਮੈਂ ਕਿਹਾ ਟਰੱਕ ਚਲਾਉਂਦੇ ਹਾਂ, ਤਾਂ ਗੈਸ ਸਟੇਸ਼ਨ ਦੇ ਉੱਤੇ ਉੱਤੇ ਖੜਿਆ ਨੇ 2-4 ਫੁੱਟ ਅੱਗੇ ਕਰ ਲਿਆ, 4 ਫੁੱਟ ਪਿੱਛੇ ਕਰ ਲਿਆ, ਉਹਨਾਂ ਮਨ ਨੂੰ ਸੰਤੁਸ਼ਟੀ ਆ ਰਹੀ ਸੀ, ਤਾਂ ਮੈਂ ਕਿਹਾ ਵੀ ਹੁਣ ਟਰੱਕ ਹੀ ਲੈਣਾ, ਤਾਂ ਫਿਰ ਹੁਣ ਗਾਹ ਟਰੱਕ ਦਾ ਸੋਚਾਂਗੇ, ਤਾਂ ਪਰ ਉਸ ਤੋਂ ਸਬੱਬ ਜਿਹੜਾ ਜੇ ਇੱਥੇ ਘਰ ਮੁੰਡਿਆਂ ਨਾਲ ਰਹਿੰਦੇ ਸੀਗੇ ਉਹ ਟੈਕਸੀ ਚਲਾਉਂਦੇ ਸੀਗੇ, ਤਾਂ ਉਹ ਅਸੀਂ ਟੈਕਸੀ ਅਸੀਂ ਫਿਰ ਕਿਹਾ ਵੀ ਹੁਣ ਟੈਕਸੀ ਲੈ ਲੈਂਦੇ ਹਾਂ, ਟੈਕਸੀ ਰਾਤ ਨੂੰ ਲੈ ਲਈ, ਇਹ ਗੱਲ ਸੁਣਨ ਵਾਲੀ ਆ, ਟੈਕਸੀ ਲੈ ਲਈ ਤਾਂ ਉਹ ਕਹਿੰਦੇ ਵੀ ਜਦੋਂ ਪਾਰਟੀ ਕਰ ਲਈ ਟੈਕਸੀ ਦੀ, ਤਾਂ ਟੈਕਸੀ ਕਹਿੰਦੇ ਵੀ ਹੁਣ ਤੂੰ 1500 ਰੁਪਇਆ ਕਮਾਉਣ ਲੱਗ ਜਾਣਾ, ਮੈਂ ਕਿਹਾ ਤੁਸੀਂ ਕਿੰਨਾ ਕਮਾਉਂਦੇ ਆ, ਤਾਂ ਤੁਹਾਨੂੰ ਤਾਂ 6-7 ਸਾਲ ਹੋ ਗਏ, ਕਹਿੰਦੇ ਅਸੀਂ ਵੀ 1500 ਹੀ ਕਮਾਉਂਦੇ ਹਾਂ, ਮੈਂ ਕਿਹਾ ਟੈਕਸੀ ਕੈਂਸਲ, ਮੈਂ ਕਿਹਾ ਜੇ 7 ਸਾਲ ਬਾਅਦ ਮੈਂ ਵੀ 1500 ਹੀ ਕਮਾਉਣਾ ਤਾਂ ਮੈਂ ਉਸ ਕੰਮ 'ਚ ਜਾਣਾ ਹੀ ਨਹੀਂ, ਉਹ ਕਹਿੰਦੇ ਹੁਣ ਤਾਂ ਆਪਾਂ ਸਵੇਰੇ ਆਪਾਂ ਟੈਕਸੀ, ਉਹ ਮਸੀਂ ਉਹਦੇ ਵਿੱਚੋਂ 5000 ਰੁਪਇਆ ਦੇ ਦਿੱਤਾ ਸੀਗਾ ਡਾਊਨ, ਤਾਂ ਉਹ ਮਸੀਂ ਉਹਨੂੰ ਟੈਕਸੀ ਵਾਪਸ ਕਰਕੇ 2500 ਮੁੜਿਆ, ਉਹਦੇ ਵੀ ਕਾਫੀਆਂ ਵੱਡੀਆਂ ਸਟੋਰੀਆਂ ਹੋਈਆਂ ਸੀ, ਤਾਂ ਪਰ ਉਹ ਟੈਕਸੀ ਮੁੜ ਕੇ ਮੈਂ ਕਿਹਾ ਨਹੀਂ ਟਰੱਕ 'ਤੇ ਚੱਲਦੇ ਹਾਂ। ਸੋ ਮਤਲਬ ਜੇ ਕਿਤੇ ਉਦੋਂ ਟੈਕਸੀ ਲੈ ਲੈਂਦੇ ਤਾਂ ਹੁਣ ਵੀ ਟੈਕਸੀ ਚਲਾਉਂਦੇ ਹੋਣਾ ਸੀ, ਹੈ ਨਾ। ਉਹਦੇ ਬਾਰੇ ਆਪਾਂ ਟੈਕਸੀ ਤੋਂ ਟਰੱਕ 'ਤੇ ਗਏ, ਉਹਦੇ ਬਾਰੇ ਗੱਲਬਾਤ ਕਰਦੇ ਹਾਂ, ਹਜੇ ਹੌਲੀ ਹੌਲੀ ਚੱਲਦੇ ਹਾਂ ਅੱਗੇ, ਪਰ ਮੇਨ ਗੱਲ ਜਦੋਂ ਗੈਸ ਸਟੇਸ਼ਨ 'ਤੇ ਯਾਦਵਿੰਦਰ ਭਾਅ ਜੀ ਹੁਣੀ ਜੋਬ ਛੱਡਤੀ ਅਤੇ ਤੁਸੀਂ ਉਹ ਜੋਬ 'ਤੇ ਆ ਗਏ, ਹੈ ਨਾ, ਅਤੇ ਕਦੇ ਮਨ ਦੇ ਵਿੱਚ ਘਰੇ ਜਾ ਕੇ ਰੋਏ ਸੀ ਯਾਰ ਕਿੱਥੇ ਫਸ ਗਏ, ਚੰਗੇ ਭਵਿੱਖ ਲਈ ਆਉਂਦੇ ਹੁੰਦੇ ਸੀਗੇ, ਐਂ ਲੱਗਦਾ ਸੀਗਾ ਵੀ ਜਾਂਦੇ ਹੀ ਉੱਥੇ ਕੰਮ, ਕਈ ਵਾਰੀ ਐਂ ਲੱਗਦਾ ਹੁੰਦਾ ਨਵੇਂ ਨਵੇਂ ਨੂੰ ਵੀ ਅਸੀਂ ਜਾਂਦੇ ਨੇ ਇੱਥੇ
ਨਹੀਂ ਮੈਂ ਨਹੀਂ ਕਹਿੰਦਾ ਪਛਤਾਵਾ ਹੋਇਆ। ਦੇਖੋ ਜਿਹੜੇ ਤਾਂ ਫੈਸਲੇ ਆ ਜ਼ਿੰਦਗੀ ਦੇ ਪਹਿਲੇ ਸਾਰੇ ਲੈ ਦੇਣ ਵਾਲਾ ਦਿਮਾਗ ਦੇ ਵਿੱਚ ਰੱਬ ਨੇ ਪਾਇਆ ਹੋਇਆ। ਮੈਂ ਪਹਿਲੇ ਇੱਕ ਗੱਲ ਸੋਚੀ ਸੀ ਕਿ ਰੱਬਾ ਦੇਖੋ ਭੂਆ ਦੇ ਤਾਂ ਚੱਲੇ ਨਹੀਂ, ਕੰਮ ਤਾਂ ਕਰਨਾ ਹੀ ਪੈਣਾ, ਤਾਂ ਮੈਂ ਕਿਹਾ ਰੱਬਾ ਕਿ ਕਿਤੇ ਰੈਸਟੋਰੈਂਟ 'ਚ ਜੋਬ ਨਾ ਕਰਾਈਂ। ਜੇ ਮੈਂ ਰੈਸਟੋਰੈਂਟ 'ਚ ਕਦੀ ਜ਼ਿੰਦਗੀ 'ਚ ਖਾਣਾ ਖਾਣ ਜਾਊਂਗਾ ਤਾਂ ਮੈਂ ਵੇਟਰ ਨੂੰ ਕਦੀ ਭਾਂਡਾ ਨਹੀਂ ਚੱਕਣ ਦਊਂਗਾ, ਪਲੇਟ ਮੈਂ ਆਪਣੀ ਚੱਕ ਕੇ ਉਹਨੂੰ ਖੁਦ ਫੜਾਊਂਗਾ। ਰਾਈ ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਗੱਲ ਸੁਣ ਲਈ, ਤਾਂ ਮੈਂ ਅੱਜ ਤੱਕ ਵੀ ਹੈ ਨਾ ਉੱਥੇ ਵੀ ਮੈਨੂੰ ਰੋਟੀ ਪਾਣੀ ਲਈ ਤਾਂ ਕੁਛ ਵੀ ਕਰਨਾ ਪੈਣਾ ਸੀ ਨਾ, ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਗੈਸ ਸਟੇਸ਼ਨ 'ਤੇ ਜੋਬ ਦਵਾ ਦਿੱਤੀ, ਤਾਂ ਜਿਹਦੇ 'ਚ ਤੁਹਾਨੂੰ ਦੱਸਿਆ ਕਿ ਭਾਜੀ ਹੁਣ ਸਾਹਿਬ ਹੋਣਾ ਦਾ ਬੜਾ ਵੱਡਾ ਹੱਥ ਆ। ਸੋ ਮਤਲਬ ਕਹਿਣ ਦਾ ਵੀ ਜਦੋਂ ਬੰਦੇ ਨੇ ਸੋਚਿਆ ਉਸ ਤਰ੍ਹਾਂ ਦਾ ਹੋਵੇ ਫਿਰ ਹੌਲੀ ਹੌਲੀ ਉਵੇਂ ਉਵੇਂ ਰਾਹ ਖੁੱਲਦੇ ਜਾਂਦੇ। ਤੁਸੀਂ ਗੱਲ ਕੀਤੀ ਵੀ ਟੈਕਸੀ ਬਿਜ਼ਨਸ ਨੂੰ ਛੱਡ ਕੇ ਫਿਰ ਟਰੱਕ ਲੈਣ ਬਾਰੇ ਸੋਚਿਆ, ਹੈ ਨਾ, ਪਹਿਲਾ ਟਰੱਕ ਕਦੋਂ ਲਿਆ ਸੀ, ਕਿਹੜੇ ਸੰਨ ਦੇ ਵਿੱਚ ਲਿਆ ਸੀ, ਅਤੇ ਉਹਦਾ ਉਹ ਐਕਸਪੀਰੀਅੰਸ ਦੱਸਿਓ ਐਜ਼ ਆ ਓਨਰ ਓਪਰੇਟਰ ਜਦੋਂ ਤੁਸੀਂ ਇੱਕ ਟਰੱਕ ਤੁਹਾਡੇ ਕੋਲ ਹੁੰਦਾ ਸੀ। ਹੁਣ ਮੈਨੂੰ ਪਤਾ ਪਰਮਾਤਮਾ ਦੀ ਕਿਰਪਾ ਪੂਰੀ, ਹੁਣ ਸੈਂਕੜਿਆਂ ਦੇ ਵਿੱਚ ਟਰੱਕ ਤੁਹਾਡੇ ਇੱਥੇ ਚੱਲਦੇ ਆ ਨਾ, ਟ੍ਰੇਲਰ ਚੱਲਦੇ ਆ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਵੀ ਕਿਵੇਂ ਬੰਦਾ ਸ਼ੁਰੂ ਹੁੰਦਾ ਹੈ, ਉਹਦੀ ਸਟਰਗਲ ਕਿੱਦਾਂ ਦੀ ਹੈ। ਹਾਂਜੀ ਬਿਲਕੁਲ ਜੀ ਭਾਈ ਸਾਹਿਬ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਪਹਿਲਾਂ ਸੀਗਾ ਕਿ ਯਾਰਾਂ ਨਾਲ ਬਹਾਰਾਂ, ਤਾਂ ਇੱਕ ਅਸੀਂ ਟਰੱਕ ਲੈ ਲਿਆ। ਟਰੱਕ ਲੈ ਕੇ ਜਦੋਂ ਵੀ ਨਾਲ ਜਾਣਾ, ਇੱਕ ਕੋਈ ਨਾ ਕਿਸੇ ਬੰਦੇ ਨੂੰ ਕਹਿਣਾ ਚੱਲ ਮੈਂ ਤੈਨੂੰ ਸਿਖਾਉਂਦਾ ਹਾਂ, ਉਹਨਾਂ ਨੂੰ ਸਿਖਾਇਆ ਬਿੱਟੂ ਭਾਅ ਜੀ ਉਹਨਾਂ ਨੂੰ ਸਿਖਾਇਆ, ਬਹੁਤ ਬੰਦਿਆਂ ਨੂੰ ਉੱਥੇ ਸੁਰਿੰਦਰਪਾਲ, ਜਸਪਾਲ, ਕਿੰਨੇ ਵੀ ਜਿੰਨੇ ਨੂੰ ਨਾਮ ਲਵਾਂਗੇ ਉਨੇ ਹੈਗੇ ਆ, ਤਾਂ ਸਿਖਾਉਂਦੇ। ਇੱਕ ਵਾਰੀ ਅਸੀਂ ਬਫਲੋ ਗਏ, ਬਫਲੋ 7 ਜਣੇ ਮੇਰੇ ਨਾਲ ਗਏ ਸੀ ਟਰੱਕ 'ਚ, ਤਾਂ ਇੱਕ ਇੱਕ ਘੰਟਾ ਹਰੇਕ ਚਲਾਉਂਦਾ ਸੀ, ਲਾਇਸੈਂਸ ਕਿਸੇ ਕੋਲ ਵੀ ਨਹੀਂ ਸੀਗਾ, ਹੈ ਨਾ। ਮੈਂ ਕਿਹਾ ਵੀ ਚਲੋ ਆ ਜਾਓ ਭਾਈ ਨਾਲ ਆ ਜਾਓ ਰਾਈ, ਤਾਂ ਅਸੀਂ ਜਾਣੀ ਕਿ ਉਹਨਾਂ ਨੇ ਵੀ ਸਾਰਿਆਂ ਦੀਆਂ ਟਰੈਕਿੰਗ ਕੰਪਨੀਆਂ ਅੱਜ ਕੱਲ੍ਹ ਹੈਗੀਆਂ ਆ, ਤਾਂ ਉਹ ਜਾਣੀ ਕਿ ਵੀ ਆ ਜਾਓ ਕੋਈ ਨਹੀਂ ਕਰਦੇ ਹਾਂ, ਮੈਂ ਕਰ ਰਿਹਾ ਤੁਸੀਂ ਵੀ ਕਰ ਹੀ ਲੈਣਾ, ਤਾਂ ਇਹ ਗੱਲ ਵਿੱਚ ਸੀਗੀ ਦਿਮਾਗ ਦੇ ਵਿੱਚ। ਜੇ ਆਪਾਂ ਕਿਸੇ ਦੀ ਹੈਲਪ ਕਰਦੇ ਹਾਂ ਤਾਂ ਮਹਾਰਾਜ ਆਪਣੀ ਤੁਹਾਡੀ ਆਪਣੇ ਆਪ ਕਰ ਜਾਣਾ। 94 ਦੇ ਵਿੱਚ ਮਤਲਬ 4 ਸਾਲ ਦੇ ਵਿੱਚ ਤੁਸੀਂ ਆ ਕੇ ਇੱਥੇ ਆਪਣਾ ਟਰੱਕ ਜਿਹੜਾ ਉਹ ਲੈ ਲਿਆ ਸੀ, ਅਤੇ ਫਿਰ ਉਸ ਤੋਂ ਬਾਅਦ ਦੀ ਲਾਈਫ ਕਿੱਦਾਂ ਦੀ ਹੋਈ, ਫਿਰ ਇੱਕ ਤੋਂ ਹੌਲੀ ਹੌਲੀ ਗਿਣਤੀ ਕਿਵੇਂ ਵਧੀ ਟਰੱਕਾਂ ਦੀ? ਹਾਂਜੀ ਮੈਂ ਦੱਸਣ ਕਿ 94 ਦੇ ਵਿੱਚ ਪਹਿਲਾ, 95 'ਚ ਦੂਜਾ, 95 'ਚ ਚੌਥਾ, 4 ਹੋ ਗਿਆ, ਅਤੇ 96-97 'ਚ ਮੇਰਾ ਵਿਆਹ ਹੋ ਗਿਆ, ਤਾਂ 98 ਦੇ ਵਿੱਚ ਮੇਰੇ ਕੋਲ 17 ਟਰੱਕ ਸੀਗੇ, ਤਾਂ ਫਿਰ ਉਹਨਾਂ ਨੂੰ ਚਲਾਉਣਾ ਕੰਪਨੀਆਂ ਦੇ ਨਾਲ ਮੁਸ਼ਕਲ ਹੋ ਗਿਆ, ਤਾਂ ਫਿਰ ਮੈਂ ਉਹ ਸਾਰੇ ਟਰੱਕ ਆਪਣੇ ਮੁੰਡਿਆਂ ਨੂੰ ਕਹਿਤਾ ਸੀਗਾ ਵੀ ਤੁਸੀਂ ਲੈ ਲਓ, ਤਾਂ ਮੈਂ ਤੁਹਾਨੂੰ ਕੰਮ ਦੇਣਾ ਸ਼ੁਰੂ ਕਰ ਦਿੰਦਾ, ਤਾਂ ਫਿਰ ਬਹੁਤ ਹੀ ਮਾੜਾ ਟਾਈਮ ਦੇਖਿਆ। ਤਾਂ ਮੈਂ ਇਹ ਵੀ ਤੁਹਾਨੂੰ ਦੱਸ ਦਿੰਦਾ ਇੱਕ ਵਾਰੀ ਗੱਲ, ਕਿ ਇੱਕ ਵਾਰੀ ਮੇਰੀ ਬੇਟੀ ਦੇ ਦੁੱਧ ਲਿਆਉਣ ਲਈ ਵੀ ਪੈਸੇ ਹੈ ਨਹੀਂ ਸੀ, ਜਦਕਿ ਉਹਨਾਂ ਨੂੰ ਮੈਂ ਘਰ ਜਾਣ ਨੂੰ ਆਖ ਗਿਆ ਕਿ ਉੱਥੇ ਦੁੱਧ ਹੈ ਨਹੀਂ ਗਾ, ਤਾਂ ਮੇਰੀ ਜਿਹੜੀ ਜੁੱਤੀ ਸੀਗੀ ਉਹਦੇ ਤਲਵੇ ਥੱਲੇ ਲੱਗ ਰਿਹਾ ਸੀਗੇ, ਤਾਂ ਉਸ ਟਾਈਮ ਇੰਨੇ ਟਰੱਕ ਹੋਣ ਦੇ ਬਾਅਦ ਦੀ ਗੱਲਾਂ ਆ, ਇਹ ਹੈਗੀਆਂ 98-99 ਦੀਆਂ ਗੱਲਾਂ। ਤਾਂ ਇਹਨਾਂ ਵੀ ਟਰੱਕਾਂ ਵਿੱਚ ਮੈਂ ਥੱਲੇ ਲੱਗਿਆ ਸੀਗਾ, ਤਾਂ ਪਰ ਮੈਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਕੋਈ ਇਮਤਿਹਾਨ ਲੈ ਰਿਹਾ ਸੀਗਾ, ਤਾਂ ਗੱਡੀ ਕੋਲ ਨਹੀਂ ਸੀਗੀ, ਕਿਸੇ ਦੀ ਗੱਡੀ 'ਚ ਗੁਰਦੁਆਰੇ ਜਾਂਦੇ, ਤਾਂ ਇੱਕ ਵਾਰੀ ਫਰਾਈਡੇ ਹੀ ਗੁਰਦੁਆਰੇ ਗਿਆ ਸੀਗਾ ਕਲੈਰਾ ਹੋ ਕੇ, ਤਾਂ ਮੈਂ ਕਿਹਾ ਸੀਗਾ ਕਿ ਮਹਾਰਾਜ ਸੱਚੇ ਪਾਤਸ਼ਾਹ ਇਮਤਿਹਾਨ ਹੀ ਦੇ ਹੁੰਦੇ ਰਾਈ, ਬਖਸ਼ ਲੈ ਜੇ ਕੋਈ ਭੁੱਲ ਹੋਈ ਆ, ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਪਤਾ ਨਹੀਂ ਕਿਹੜੀ ਭੁੱਲ ਸੀ ਬਖਸ਼ ਦਿੱਤੀ। ਤਾਂ ਉਸ ਤੋਂ ਬਾਅਦ ਕਿ ਮੈਂ ਨਹੀਂ ਪਿੱਛੇ ਦੇਖਿਆ ਕਿ ਉੱਧਰ ਮੈਂ ਇੱਕ ਹੋਰ ਇਮਤਿਹਾਨ ਲੈ ਲਿਆ ਰੱਬ ਨੇ, ਫਰਾਈਡੇ ਇਹ ਗੱਲ ਕਹਿ ਕੇ ਆਇਆ, ਉਸੇ ਸੰਡੇ ਗਲੈਨਰੋਕ ਗੁਰਦੁਆਰੇ ਦੇ ਵਿੱਚ 3 ਦਿਨਾਂ ਬਾਅਦ ਮੇਰੇ ਤੋਂ ਇੱਕ ਬੰਦੇ ਨੇ ਕਿਹਾ ਕਿ ਤੇਰੇ ਟਰੱਕ ਚੱਲਦੇ ਆ ਕਿ ਮੈਂ ਕਰ ਲੈਣਾ, ਮੇਰੀ ਹੈਲਪ ਕਰਦੇ। ਮੈਂ ਕਿਹਾ ਠੀਕ ਹੈ, ਕਿਨ ਕਰ ਦਿੰਦਾ, ਹੈਂ। ਉਹਨੇ ਮੇਰੇ ਤੋਂ 15,000 ਮੰਗਿਆ ਸੀ, ਠੀਕ ਆ। ਤਾਂ ਉਹ 15,000 ਵੀ ਮੈਂ ਕਿੱਦਾਂ, ਕਿ ਮੈਨੂੰ ਪਤਾ ਕਿ ਮੈਂ ਰਾਤ ਨੂੰ ਹੀ ਐਤਵਾਰ ਰਾਤ ਨੂੰ ਆ ਕੇ ਕੰਪਨੀ 'ਚ ਬਹਿ ਗਿਆ ਸੀਗਾ, ਕੋਈ ਸੋਮਵਾਰ ਨੂੰ ਬੰਦੇ ਕੰਮ 'ਤੇ ਆਉਂਦੇ, ਮੈਂ ਐਤਵਾਰ ਰਾਤ ਨੂੰ ਸਾਰੀ ਰਾਤ ਬਿਠਾਈ ਸੀ ਕਿ ਮੈਂ ਕਰਨਾ ਕਿੱਦਾਂ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਹੱਥ ਫੜ ਕੇ ਉਹ ਇੱਕ ਹਫ਼ਤੇ ਦੇ ਵਿੱਚ ਹੀ ਮੈਂ ਲੋਕਾਂ ਤੋਂ ਬਾਹਰੋਂ ਟਰੱਕ ਕਰਕੇ, ਮੈਂ ਕਿਹਾ ਮੇਰੇ ਆਹ ਲੋਡ ਲਾ ਦਿਓ, ਮੇਰੇ ਆਹ ਲੋਡ ਲਾ ਦਿਓ, ਮੈਂ ਤੁਹਾਨੂੰ ਮਹੀਨੇ ਤੱਕ ਪੈਸੇ ਦੇ ਦੂੰਗਾ। ਕਿਸੇ ਨੇ ਮੰਨ ਲਿਆ, ਕਿਸੇ ਨੇ ਨਹੀਂ ਮੰਨਿਆ, ਕਿਸੇ ਨੇ ਮੰਨ ਲਿਆ, ਕਿਸੇ ਨੇ ਨਹੀਂ ਮੰਨਿਆ, ਤਾਂ ਮੈਂ ਉਹ ਪੈਸੇ ਉਹ ਕਰ ਲਏ, ਤਾਂ ਕਰਕੇ ਉਹਨੂੰ ਦੇ ਦਿੱਤੇ। ਤਾਂ ਉਹ ਤੋਂ ਬਾਅਦ ਤਾਂ ਇੱਕ ਉਹ ਰੱਬ ਨੇ ਮੈਨੂੰ ਦਿਖਾਉਣਾ ਸੀਗਾ ਰਾਹ ਕਿ ਤੂੰ ਦੂਸਰੇ ਟਰੱਕ ਨਾਲ ਵੀ ਕੰਮ ਕਰ ਸਕਦਾ। ਤਾਂ ਫਿਰ ਮੈਂ ਦੂਸਰਿਆਂ ਦੇ ਟਰੱਕ ਲੈ ਕੇ, ਆਪਣੇ ਟਰੱਕ ਤਾਂ ਸੀਗੇ ਹੀ ਤਾਂ ਥੋੜ੍ਹੇ ਬਹੁਤੇ, ਤਾਂ ਫਿਰ ਦੂਸਰਿਆਂ ਦੇ ਟਰੱਕਾਂ ਤੋਂ ਵੀ ਲੈ ਕੇ ਆਪਾਂ ਕੰਮ ਲੈਣਾ ਸ਼ੁਰੂ ਕੀਤਾ, ਕੰਮ ਕਰ ਲੈਣਾ ਅਤੇ ਉਹਨਾਂ ਨੂੰ ਪੈਸੇ ਦੇਣੇ ਸ਼ੁਰੂ ਕੀਤੇ। ਤਾਂ ਉਸ ਤੋਂ ਬਾਅਦ ਫਿਰ ਆਪਣੇ ਪਿੱਛੇ ਮੁੜ ਕੇ ਦੇਖਣ ਦਾ ਮੌਕਾ ਨਹੀਂ ਦਿੱਤਾ। ਬਿਲਕੁਲ ਓਂਕਾਰ ਸਿੰਘ ਜੀ, ਅਸੀਂ ਭਾਵੁਕਤਾ ਨੂੰ ਵੀ ਸਮਝ ਸਕਦੇ ਹਾਂ, ਤੁਸੀਂ ਭਾਵੁਕ ਹੋ ਰਹੇ ਹੋ ਨਾਲ ਦੀ ਨਾਲ। ਇਹ ਦੱਸਿਓ ਵੀ ਜੇ 94 ਦੇ ਵਿੱਚ ਟਰੱਕਿੰਗ ਦਾ ਬਿਜ਼ਨਸ ਸ਼ੁਰੂ ਹੋ ਗਿਆ, 98 ਦੇ ਵਿੱਚ ਜਾ ਕੇ ਤੁਸੀਂ ਕਿਹਾ ਵੀ ਇੱਕ ਡਾਊਨਫਾਲ ਆ ਗਿਆ ਸੀ, ਹੈ ਨਾ, ਉਹਦਾ ਕੀ ਕਾਰਨ ਸਮਝਦੇ ਹੋ? ਕਾਹਤੋਂ ਆਇਆ ਡਾਊਨਫਾਲ? ਕੀ ਬਿਜ਼ਨਸ ਦੇ ਵਿੱਚ ਹੀ ਘਾਟਾ ਸੀ ਕਿ ਕਿਤੇ ਨਾ ਕਿਤੇ ਫਰੋਡ ਇਹਦੇ ਵਿੱਚ ਇਨਵੋਲਵ ਹੁੰਦਾ? ਕਿਉਂਕਿ ਟਰੱਕਿੰਗ ਦੇ ਵਿੱਚ ਬਹੁਤ ਹੁੰਦੇ ਯਾਰ ਬੇਲੀ ਵੀ ਇੱਦਾਂ ਦੇ ਹੁੰਦੇ ਜਿਨ੍ਹਾਂ 'ਤੇ ਕਈ ਵਾਰੀ ਜ਼ਿਆਦਾ ਵਿਸ਼ਵਾਸ ਕਰ ਲੈਂਦੇ ਹਾਂ, ਪਰ ਉਹਨਾਂ ਵਿਸ਼ਵਾਸ ਕਰਨ ਦੀ ਲੋੜ ਨਹੀਂ ਹੁੰਦੀ। ਇਹ ਕਈ ਕੁਛ ਹੀ ਸਾਰਾ ਕੁਛ ਮਿਕਸ ਹੀ ਸੀਗਾ, ਤਾਂ ਇਹ ਸਾਰਾ ਕੁਛ ਮਿਕਸ ਸੀਗਾ। ਤਾਂ ਪਰ ਇਹ ਟਰੱਕਿੰਗ ਹੈ ਹੀ ਇੱਦਾਂ ਹੈ ਜੀ,
ਉਦੋਂ ਤੋਂ 94 ਤੋਂ ਕਰ ਰਿਹਾ, ਕਦੀ ਉੱਪਰ ਤਾਂ ਕਦੀ ਥੱਲੇ, ਤਾਂ ਜਦੋਂ ਥੱਲੇ ਆਉਂਦੀ ਆ ਨਾ ਤਾਂ ਉਦੋਂ ਤੋਂ ਤੁਹਾਨੂੰ ਬੈਕਅਪ ਤੁਹਾਡੀ ਹੋਣੀ ਬਹੁਤ ਜ਼ਰੂਰੀ ਆ। ਤਾਂ ਇਹ ਉੱਪਰ ਵੀ ਜਾਂਦੀ ਤਾਂ ਬਹੁਤ ਹੀ ਉੱਪਰ ਜਾਂਦੀ ਹੈ, ਇਹਦਾ ਇਹ ਫਲੋ ਵਾਂਗੂ ਹੀ ਆ। ਇਹਦਾ ਤਾਂ ਕੋਈ 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 ਪ੍ਰੋਡਕਸ਼ ਕਰਨ, ਪਿਛਲਾ ਸਾਲ ਜਿੱਦਾਂ ਦਾ ਲੰਘਿਆ ਕਿਸੇ ਨੇ ਸੋਚਿਆ ਵੀ ਨਹੀਂ ਸੀਗਾ, ਤਾਂ ਉਸ ਤੋਂ ਪਹਿਲਾਂ ਜਿਹੜਾ ਲੰਘਿਆ ਉਹ ਵੀ ਨਹੀਂ ਕਿਸੇ ਨੇ ਸੋਚਿਆ ਸੀਗਾ। ਤਾਂ ਇਹ ਤਾਂ ਇਹ ਗੁਰੂ ਦੀਆਂ ਰਜ਼ਾ ਗੁਰੂ ਹੀ ਜਾਣਦਾ। ਸੋ ਬਹੁਤ ਵਧੀਆ ਗੱਲਬਾਤ ਹੋ ਰਹੀ ਹੈ, ਐਕਸਪੀਰੀਅੰਸ ਸਾਡੇ ਦਰਸ਼ਕਾਂ ਦੇ ਨਾਲ ਅੱਜ ਅਸੀਂ ਸਾਂਝਾ ਕਰ ਰਹੇ ਹਾਂ ਤੁਹਾਡਾ ਐਕਸਪੀਰੀਅੰਸ, ਕਿਉਂਕਿ ਤੁਹਾਡੇ ਐਕਸਪੀਰੀਅੰਸ ਤੋਂ ਬਹੁਤ ਜਾਣੇ ਸਿੱਖਣਗੇ ਵੀ ਜੇ ਦ੍ਰਿੜ ਨਿਸ਼ਠਾ ਸਾਡਾ ਹੋਵੇ ਤਾਂ ਅਸੀਂ ਕਿਹੜਾ ਕੰਮ ਆ ਜਿਹੜਾ ਨਹੀਂ ਕਰ ਸਕਦੇ। ਜਿੱਦਾਂ ਤੁਸੀਂ ਗੱਲ ਕੀਤੀ ਹੈ ਵੀ ਕਿਵੇਂ 94 ਦੇ ਵਿੱਚ ਪਹਿਲਾ ਟਰੱਕ ਲੈ ਕੇ 98 ਤੱਕ 15 ਟਰੱਕਾਂ ਦੇ ਵਿੱਚੋਂ ਵੀ ਤੁਹਾਨੂੰ ਘਾਟੇ ਵਾਲਾ ਜਿਹੜਾ ਬਿਜ਼ਨਸ ਜਿਹੜਾ ਉਹ ਦਿਸਿਆ। ਸੋ ਦਰਸ਼ਕੋ ਇਸੇ ਤਰ੍ਹਾਂ ਤੁਸੀਂ ਸਾਡੇ ਨਾਲ ਜੁੜੇ ਰਹਿਣਾ, ਅਸੀਂ ਲੈਟਸ ਸ਼ੇਅਰ ਆ ਮੀਲ ਬਾਰੇ ਵੀ ਗੱਲਬਾਤ ਕਰਨੀ ਹੈ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਅਸੀਂ ਉਹ ਪ੍ਰੋਗਰਾਮ ਕੀਤਾ ਸੀ, ਉਹ ਵੀ ਓਂਕਾਰ ਸਿੰਘ ਜੀ ਹੁਣਾਂ ਦੀ ਰਹਿਨੁਮਾਈ ਦੇ ਹੇਠ ਇਹਨਾਂ ਦੀ ਜਿਹੜੀ ਟੀਮ ਆ ਉਹਦੇ ਵੱਲੋਂ ਕੀਤਾ ਜਾਂਦਾ, ਅਤੇ ਹੋਰ ਕਿਹੜੇ ਕਿਹੜੇ ਬਿਜ਼ਨਸ ਆ ਅਤੇ ਕਿਵੇਂ ਕਿਵੇਂ ਤੁਸੀਂ ਆਪਣੇ ਬਿਜ਼ਨਸ ਨੂੰ ਗਰੋ ਕਰ ਸਕਦੇ ਹੋ ਬਾਹਰਲੇ ਮੁਲਕਾਂ ਦੇ ਵਿੱਚ, ਕਿਵੇਂ ਤੁਸੀਂ ਕੱਖਾਂ ਤੋਂ ਲੱਖਾਂ ਦੇ ਹੋ ਸਕਦੇ ਅਤੇ ਕਿਵੇਂ ਲੱਖਾਂ ਤੋਂ ਫਿਰ ਕੱਖਾਂ 'ਤੇ ਬਣਾ ਕੇ ਜੇ ਪਰਮਾਤਮਾ ਦੀ ਨਜ਼ਰ ਸਵੱਲੀ ਹੋਵੇ ਤਾਂ ਤੁਸੀਂ ਆਪਣੇ ਕੰਮਕਾਰ ਨੂੰ ਕਿਵੇਂ ਉੱਤੇ ਲੈ ਕੇ ਜਾ ਸਕਦੇ ਹੋ, ਇਹ ਅਸੀਂ ਤੁਹਾਨੂੰ ਅੱਜ ਦੱਸਣ ਦੀ ਕੋਸ਼ਿਸ਼ ਕਰਦੇ ਹਾਂ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ, ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ iOS ਤੇ ਫ੍ਰੀ ਵਿੱਚ, ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾਂ ਐਪਲ ਟੀਵੀ ਤੇ, ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ। ਗਲੋਬਲ ਪੰਜਾਬ ਤੇ ਕਿਸੇ ਵੀ ਤਰ੍ਹਾਂ ਦੀ ਨਿਊਜ਼, ਇਵੈਂਟ ਕਵਰੇਜ ਜਾਂ ਐਡਵਰਟਾਈਜ਼ਮੈਂਟ ਲਈ ਸੰਪਰਕ ਕਰੋ ਗਿੱਲ ਪ੍ਰਦੀਪ 6465206706, ਈਮੇਲ gilpradeep11@yahoo.in। ਬ੍ਰੇਕ ਤੋਂ ਬਾਅਦ ਸਾਰੇ ਦਰਸ਼ਕਾਂ ਦਾ ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮੇਰਾ ਅਮੈਰੀਕਾ ਦੇ ਵਿੱਚ। ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਨਿਊ ਜਰਸੀ ਵਾਲੇ ਓਂਕਾਰ ਸਿੰਘ ਹੋਣਾ ਦੇ ਨਾਲ, ਸਾਰੇ ਇੱਥੇ ਅਮੈਰੀਕਾ ਦੇ ਵਿੱਚ ਉਹਨਾਂ ਨੂੰ ਸਾਰੇ ਜਾਣਦੇ ਨੇ, ਕਿਉਂਕਿ ਉਹਨਾਂ ਵੱਲੋਂ ਇੱਕ ਲੈਟਸ ਸ਼ੇਅਰ ਆ ਮੀਲ ਨਾਮ ਦਾ ਪ੍ਰੋਗਰਾਮ ਜਿਹੜਾ ਉਹ ਵੀ ਚਲਾਇਆ ਜਾਂਦਾ, ਉਹਦੇ ਬਾਰੇ ਵੀ ਗੱਲਬਾਤ ਕਰਾਂਗੇ। ਪਰ ਪਹਿਲਾਂ ਟਰੱਕਿੰਗ ਦਾ ਬਿਜ਼ਨਸ ਜਿਹੜਾ ਇਹਨਾਂ ਦਾ ਚੱਲਦਾ ਹੈ ਉਹਦੇ ਬਾਰੇ ਥੋੜ੍ਹੀ ਜਿਹੀ ਗੱਲਬਾਤ, ਅਤੇ ਨਾਲ ਨਾਲ ਹੋਰ ਵੀ ਇਹਨਾਂ ਨੇ ਇੱਕ ਬਿਜ਼ਨਸ ਤੋਂ ਦੂਸਰਾ, ਤੀਸਰਾ, ਚੌਥਾ, ਇਸ ਤਰ੍ਹਾਂ ਕਈ ਬਿਜ਼ਨਸ ਇਹਨਾਂ ਦੇ ਚੱਲਦੇ ਨੇ। ਓਂਕਾਰ ਸਿੰਘ ਜੀ ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਸਵਾਗਤ ਹੈ, ਔਰ ਥੋੜ੍ਹਾ ਜਿਹਾ ਇਹ ਦੱਸਿਓ ਵੀ ਟਰੱਕਿੰਗ ਇੰਡਸਟਰੀ ਜਿਹੜੀ ਹੈ ਹੈ ਨਾ, ਇਹਦੇ ਵਿੱਚ ਪੰਜਾਬੀ ਕਿਸ ਲੈਵਲ ਤੱਕ ਇਨਵੋਲਵ ਨੇ, ਟਰੱਕਿੰਗ ਦੇ ਵਿੱਚ ਕਿਸ ਤਰ੍ਹਾਂ ਦਾ ਕੰਮ ਜ਼ਿਆਦਾਤਰ ਹੁੰਦਾ ਜਿਹੜਾ ਪੰਜਾਬੀਆਂ ਵੱਲੋਂ ਕੀਤਾ ਜਾਂਦਾ, ਕਿਉਂਕਿ ਆਮ ਤੌਰ 'ਤੇ ਕੀ ਹੁੰਦਾ ਇੰਡੀਆ ਦੇ ਵਿੱਚ ਜੇ ਆਪਾਂ ਗੱਲ ਕਰ ਲਈਏ ਟਰੱਕਿੰਗ, ਤਾਂ ਉਹਨਾਂ ਦੇ ਮਨ ਦੇ ਵਿੱਚ ਆਉਂਦਾ ਵੀ ਸਿਰਫ ਟਰੱਕ ਡਰਾਈਵਰ, ਟਰੱਕਿੰਗ ਦੇ ਵਿੱਚ ਕੀ ਕੁਛ ਹੁੰਦਾ ਹੈ? ਇਹਦੇ ਵਿੱਚ ਬਹੁਤ ਕੁਛ ਆਉਂਦਾ ਜੀ। ਪਹਿਲੀ ਗੱਲ ਤਾਂ ਆਪਾਂ ਜਿਹੜੇ ਪੰਜਾਬ ਤੋਂ ਆਉਂਦੇ ਹਾਂ ਤਾਂ ਆਪਾਂ ਟਰੈਕਟਰ ਚਲਾਉਂਦੇ ਆਉਂਦੇ ਹਾਂ, ਤਾਂ ਆਪਾਂ ਨੂੰ ਡਰਾਈਵਿੰਗ ਦਾ ਸ਼ੌਂਕ ਹੀ ਹੁੰਦਾ ਇੱਕ, ਰਾਈਟ? ਤਾਂ ਉਹਦੇ ਨਾਲ ਇਹ ਸਭ ਤੋਂ ਸਸਤੇ ਪੈਸੇ ਦੇ ਵਿੱਚ ਇਹ ਬਿਜ਼ਨਸ ਖੁੱਲ੍ਹ ਜਾਂਦਾ। ਕਿਸੇ ਦੇ ਕੰਮ ਕਰਨ ਦੇ ਨਾਲੋਂ $8-10,000 ਬੰਦਾ ਇਕੱਠਾ ਕਰਦਾ ਤਾਂ ਆਰਾਮ ਨਾਲ ਆਪਣਾ ਟਰੈਕਟਰ ਲੈ ਕੇ ਤਾਂ ਆਪਣਾ ਛੋਟਾ ਮੋਟਾ ਕੰਮ ਸ਼ੁਰੂ ਕਰ ਲੈਂਦਾ, ਇੱਕ ਉਹਦੀ ਪਰਸਨਲ ਜੋਬ ਹੋ ਜਾਂਦੀ, ਆਪਣੀ ਪ੍ਰਾਈਵੇਟ ਬਿਜ਼ਨਸ ਹੋ ਜਾਂਦਾ। ਤਾਂ ਉਹ ਇਸ ਕਰਕੇ ਆਪਣੇ ਸਾਰੇ ਮੁੰਡੇ ਇਹਦੇ ਇਹ ਇੱਕ ਸ਼ੁਰੂਆਤ ਆ ਇਹਦੀ। ਉਸ ਤੋਂ ਬਾਅਦ ਗਾਂ ਜਿੰਨੀਆਂ ਵੀ ਕਿਸੇ ਨੇ ਆਪਣਾ ਉਹਦਾ 'ਚ ਗੁੜ ਪਾਉਣਾ ਓਨਾ ਹੀ ਮਿੱਠਾ ਹੋਣਾ। ਤਾਂ ਬਾਕੀ ਸਾਰਿਆਂ ਦੀ ਮਿਹਨਤ ਆ। ਹੁਣ ਤੁਸੀਂ ਦੇਖ ਰਹੇ ਹਾਂ ਕੋਈ 200 ਟਰੱਕ, ਕੋਈ 500 ਟਰੱਕਾਂ ਵਾਲੇ ਵੀ ਕੰਪਨੀਆਂ ਹੈਗੀਆਂ, ਤਾਂ ਕੋਈ 2 ਟਰੱਕਾਂ ਵਾਲੇ ਵੀ ਰੋਈ ਜਾਂਦੇ ਆ। ਇਹ ਹਰੇਕ ਬੰਦੇ ਦੀ ਆਪਣੀ ਆਪਣੀ ਆ, ਮੈਂ ਤਾਂ ਇਹ ਕਹੂੰਗਾ। ਪਰ ਹਾਂ, ਬੈਸਟ ਜੋਬ ਆ ਜੇ ਜੋਬ ਸਮਝ ਕੇ ਕਰੋ। ਮੈਂ ਅੱਜ ਤੱਕ ਵੀ ਇਹਨੂੰ ਜੋਬ ਸਮਝ ਕੇ ਕੀਤਾ, ਬਿਜ਼ਨਸ ਸਮਝ ਕੇ ਕੀਤਾ ਹੀ ਨਹੀਂ, ਤਾਂ 8 ਘੰਟੇ 'ਚ ਲਾਏ ਹੀ ਲਾਏ ਆ। ਕਿਸ ਤਰ੍ਹਾਂ ਦੇ ਕੰਮ ਹੁੰਦੇ ਟਰੱਕਿੰਗ 'ਚੋਂ, ਟਰੱਕਿੰਗ ਦੇ ਵਿੱਚ ਕੀ ਕੁਝ ਆਉਂਦਾ? ਟਰੱਕਿੰਗ ਦੇ ਵਿੱਚ ਬਹੁਤ ਕੁਛ ਆਉਂਦਾ। ਇੱਕ ਤਾਂ ਟਰੱਕ ਲੈ ਲਿਆ ਕਿਸੇ ਨਾਲ ਪਾਤਾ, ਇੱਕ ਹੋ ਗਈ ਟਰੱਕਿੰਗ ਸ਼ੁਰੂ ਹੋ ਗਈ ਕਿ ਆਪਣਾ ਟਰੱਕ ਲੈ ਕੇ, ਆਪਣੇ ਟ੍ਰੇਲਰ ਲੈ ਕੇ, ਆਪਣੀ MC ਲੈ ਕੇ, ਆਪਣੇ ਲੋਡ ਬੁੱਕ ਕਰਨੇ ਸ਼ੁਰੂ ਕਰਤੇ, ਰਾਈਟ? ਉਸ ਤੋਂ ਬਾਅਦ ਆਪਣੇ ਆਪਣੇ ਕਿਸੇ ਨੇ ਆਪਣੇ ਵੇਅਰ ਹਾਊਸਿੰਗ ਸ਼ੁਰੂ ਕਰ ਦਿੱਤੀ, ਨਾਲ ਦੇ ਨਾਲ ਕੰਟੇਨਰਾਂ ਦਾ ਕੰਮ ਸ਼ੁਰੂ ਕਰ ਦਿੱਤਾ। ਤਾਂ ਇਹ ਬਹੁਤ ਹੀ ਇਹਦੀ ਬਹੁਤ ਲੰਬੀ ਡੂੰਘਾਈ ਆ। ਸ਼ਿਪਮੈਂਟ ਓਵਰਸੀਜ਼ ਸ਼ਿਪਮੈਂਟ ਸ਼ੁਰੂ ਕਰਤੀ, ਰਾਈਟ? ਤਾਂ ਅਸੀਂ ਇਹ ਟਰੱਕਿੰਗ ਕਰਦੇ ਕਰਦੇ ਅਸੀਂ ਪਹਿਲਾਂ ਆਪਣਾ ਟਰੱਕ ਲਿਆ, ਫਿਰ ਆਪਣਾ ਟਰੱਕਿੰਗ ਦੇ ਵਿੱਚ ਆਪਣੇ ਟ੍ਰੇਲਰ ਲੈ ਕੇ ਆਪਣਾ ਟਰੱਕਿੰਗ ਕੰਪਨੀ ਸ਼ੁਰੂ ਕਰ ਦਿੱਤੀ। ਫਿਰ ਨਾਲ ਦੀ ਨਾਲ ਅਸੀਂ ਕਿਹਾ ਵੀ ਬ੍ਰੋਕਰਾਂ ਤੋਂ ਲੋਡ ਲੈਂਦੇ ਹਾਂ, ਅਸੀਂ ਫਿਰ ਉਹ ਬ੍ਰੋਕਰੇਜ ਸ਼ੁਰੂ ਕਰ ਦਿੱਤੀ, ਜਿਹਦਾ ਕਿ ਆਪਣੇ ਇੰਡੀਆ 'ਚ ਵੀ ਇਸ ਟਾਈਮ ਬੰਦੇ ਬੈਠੇ ਆ। SNS ਬ੍ਰੋਕਰੇਜ ਦੇ ਵਿੱਚ ਆਪਣੇ ਤਕਰੀਬਨ 60 ਬੰਦੇ ਇੰਡੀਆ ਬੈਠੇ ਆ, 40 ਇੱਥੇ ਬੈਠੇ ਆ ਐਡੀਸਨ ਦੇ ਵਿੱਚ, ਤਾਂ ਉਹ ਬ੍ਰੋਕਰੇਜ ਸ਼ੁਰੂ ਕਰ ਲਈ। ਤਾਂ ਮੈਂ ਕਿਹਾ ਹੁਣ ਟਰੱਕਰ ਨੂੰ ਫਾਈਨੈਂਸ ਦੀ ਵੀ ਜ਼ਰੂਰਤ ਹੁੰਦੀ ਆ, ਤਾਂ ਉਹ ਲਈ ਆਪਾਂ ਫਾਈਨੈਂਸ ਕੰਪਨੀ ਸ਼ੁਰੂ ਕਰ ਲਈ, ਤਾਂ ਮਹਾਰਾਜ ਨੇ ਉਹ ਵੀ ਬਖਸ਼ ਦਿੱਤੀ। ਤਾਂ ਇਸਦੇ ਹੀ ਕਰਦੇ ਕਰਦੇ ਬਸ ਨਾ ਇਹ ਮੈਂ ਕਹੂੰਗਾ ਕਿ ਆਪਾਂ ਨਹੀਂ ਕੁਛ ਕੀਤਾ, ਮਹਾਰਾਜ ਨੇ ਤੋਰੀ ਗਿਆ ਤਾਂ ਅਸੀਂ ਤੁਰੀ ਗਏ। ਮਹਾਰਾਜ ਵੀ ਤਾਂ ਹੀ ਤੋਰਦਾ ਜੇ ਤੁਹਾਡੀ ਨੀਤ ਸਵੱਲੀ ਹੋਵੇ, ਤੁਹਾਡੀ ਦਿਸ਼ਾ ਸਵੱਲੀ ਹੋਵੇ। ਤੁਸੀਂ
एक प्रोग्राम करवाने लेट शेयर अ मील। मैं दिली तौर पर बड़ा उस प्रोग्राम के नाल जुड़िया होया। ईवन मैं जो प्रोग्राम नू कवर करदा उहदी वीडियो देख के कई गुरुद्वारा कमेटियां वालों का फोन आता भी साढ़े गुरुद्वारे भी इस तरह का प्रोग्राम जिहड़ा शुरू होना चाहिए। वो तुहाडे मन दे विच आइडिया किवें आया सी लेट शेयर अ मील? क्योंकि साढ़े दर्शकों नू भी दसना बहुत जरूरी है भी जे अज तुसीं फाइनैंस का भी काम कर रहे हो, ब्रोकरेज का भी काम कर रहे हो, वेयर हाउस भी है तुहाडे, और पता नहीं किन्ने ट्रकिंग ट्रक जिहड़े आपदे तुहाडे चलदे है ना, वह जिहड़ा प्रोग्राम तुसीं करवाउंदे हो ना, मैनूं लगदा वह प्रोग्राम जिहड़ा है वह तुहाडे नाल एक तुहाडे इस तरह का मील पत्थर जुड़िया होया जिहड़ा तुसीं एक रब का जिहड़ा गुरु नानक देव जी का मैसेज है जिहड़ा रब का मैसेज है जिहड़ा वह तुसीं दूसरी कम्यूनिटियां तक लैके जा रहे हो, वह प्रोग्राम बारे थोड़ा जिहा दस्सिओ। बिल्कुल जी, मैं अगे भी तुहानूं दस्सिआ सीगा, मैं तुहानूं दुबारा फिर दस दिंदा कि साढ़े घर आसा जी की वार होई सी तो लंगर बणिआ, तो लंगर जदों संगत चल गई तो लंगर काफ़ी बच गया, तो मैं कहा यार ये लंगर बच गया तो ये तो लंगर तो लोड़वंदा वास्ते सीगा। तो मैं इत्थे ऐसे ऑफिस च आया तो मैं आके उले लैट शेयरे मैं फिर लभना शुरू कर दिता कोई ना कोई, मैं कहा भी इत्थे लोड़बंद कित्थे बंदे होए, तो मैं उत्थे होमलैस शैल्टर लभ्या, होबोके नाल होमलैस शैल्टर लभ्या, उत्थे गया जाके देखिया, उसे वलंटियर किया, फिर पैटरसन गया उत्थे वलंटियर किया, तो उत्थों फिर असी क्या भी जिथे भी लोड़ आ ना ये गुरु नानक देव जी ने लंगर इस हिसाब न चलाया सीगा, तो उहदे नाल ही चलाउंदे चलाउंदे उदों ही करदे करदे तो फिर 3 साल तो असी नाम ही नहीं रखिया सीगा, तो फिर असी वह जिथे लोड़वंदां जिथे होमलैस शैल्टर सीगे उत्थे खाना लैके जांदे सी, तो उत्थों ही गल करदे करदे ये नाम इहदा लैट शेयरे मेल पै गया, तो उस तों बाद महाराज की कृपा हो गई, तो हुण तां उहदियां की वारे ते की नज़ारे। बिल्कुल, और दर्शकों मैं इतने थोड़ा जहा दस दवा कि लैट शेयर अ मील होमलैस शैल्टर तक खाना पहुँचाते हैं, इन्हों की एक संस्था बनाई हुई है जर्सी सिटी के गुरु घर की कमेटी भी इन्हों इनवॉल्व है, उतों की संगत भी इनवॉल्व है, तो न्यूयॉर्क तो न्यू जर्सी के जिन्हों आ खाने की उन्हों तक खाना पहुँचाया जाता। ओंकार सिंह जी थोड़ा जहाँ ट्रैकिंग बारे आप होर गलबात करा, किन्ने ओवरऑल इंपलाइज जोड़े थोड़े न जुड़े हुए हैं, चाहे वो चलो आप सारे बिजनेस की गल कर लिए, चाहे ब्रोकरेज की आ, चाहे फाइनैंस की आ, ट्रैकिंग की आ, इतने तो इंडिया के किन्ने इंपलाइज थोड़े काम कर रहे हैं तुहाडे नाल जुड़े हुए हैं, क्योंकि सारे दे परिवार आ जिहड़े वो किते ना किते केंद्रित होकर इस ऑफिस दे नाल जुड़दे आ। मेरे कोई इंपलाई नहीं है जी, असी सारे इकट्ठे काम करते हैं, तो मैं मेरे को तकरीबन 650 तो उत्ते बंदे है। हाँ जी, सारे सारे पार्टनर है, सारे कलीक हैं, असी हरेक की रिस्पैक्ट उन्नी है जिन्नी मेरी आ। बहुत वधिया गल है भी तुसीं उन्हां नूं इंपलाई नहीं समझते, अपने भरा अपने भैन सारे समझते हो, अपना परिवार समझते हो। कम्यूनिटी नूं की सेध जाना चाहुंदे तुसीं? जिवें तुसीं गल कीती है उतार चढ़ा जिहड़े आ बिजनेस दे विच आउंदे रहिंदे आ जांदे रहिंदे आ है ना, बंदा अपने मन ते एकाग्रता ते परमात्मा ते विश्वास आ जिहड़ा उह किवें बन के रख के रख्या जा सकदा? देखो जदों ज़्यादा कुछ सुणदे आ ज़्यादा कुछ एक्सपैरीमेंट करदे आ उहदे च कुछ नहीं लभदा। किरत करो नाम जपो वंड छको, गुरु नानक देव जी ने कहा, तो गुरु नानक देव जी नूं हल वाहुण दी लोड़ नहीं सी, उन्होंने हल वाया साडे लई राई, उन्होंने सानू कहा किरती करो, किरत करो नाम जपो तो वंड छको, उही सिद्धांत आ, सिंपल सिद्धांत आ, उत्ते रहना बड़ा औखा, हरेक बंदा उहदे ते जिहड़ा रहना ना उह ते पूरी दृढ़ता चाहीदी आ, ते जदों दृढ़ता आ जांदी आ ना ते फिर गुरु आप लैंदा। इह प्रतख कीतियां गल्लां, ये जरूरी नहीं गा कि जिन्ना बंदे का गुरु नाल प्यार आ उन्ना ही गुरु तुहाडे कोल आ। एक हुण हरेक गुरद्वारे दे विच 500 संगत जाती है, 400 तो 500 300 जाती है, 500 बंदे का 500 बंदिया का एक डिफरेंट डिफरेंट मिशन है। कई तो मेरे अर्गे लंगर छकन जाते, कई कीर्तन कर सुन जाते, कई कथा सुन जाते, कई कमेटियां नूं मिलन जाते, कई कमेटियां की बेइज्जती करन जाते, कई जाते गुरद्वारे गुरु नूं मिलन, वो जिहड़े मिलन वाले आ ना उन्हां नूं गुरु मिलता है। तो ये हम भावना कि लैके आ, तो ये जो लिट शेरे मिले है कि गुरु का काम आ। तुहानू एक गल दसदा कि असी ये 500 तो वध किसे दी डोनेशन नहीं अज तक ली, जिहड़ा 600 देण आया उहनू कहिंदा वी आपणा चैक लै जा तू नहीं, तो ना 500 लै इत्थे आए कम कर सेवा कर, अपने बच्चे लैके आ, तो बच्चे लैके उहनू पता लगे वी असी ये एक जिहड़ा गुरु नानक देव जी का सीगा सिखाया होया जिहड़ा $20 का उन्होंने लंगर लाया सीगा वह बच्चियां तक पहुँचाता, साडी सब तो वड्डी सफलता वो हुई इहदे विच। बिल्कुल बिल्कुल बिल्कुल। ओंकार सिंह जी एक गल होर मैं तुहाडे नाल करनी चाहांगा, क्योंकि तुसीं गुरु घर कमेटी दे विच भी इनवॉल्व रहे हो है ना, तो मतलब नाल दी नाल तुसीं धार्मिक उपराले भी करते रहे हो, नाल दी नाल बिजनेस नूं भी चलाउंदे हो, पर पिछे जे 2 साल पहले तुसीं एक शो करवाया सी है ना, उहदे नाल भी एक कहानी जुड़ी हुई है, क्योंकि दलजीत दोसांझ दा प्रोग्राम बहुत वड्डा मैनूं लगदा भी
ਨਿਊਯਾਰਕ ਦੀ ਹਿਸਟਰੀ ਦੇ ਵਿੱਚ ਪੰਜਾਬੀ ਜੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਸਭ ਤੋਂ ਮਹਿੰਗਾ ਸ਼ੋਅ ਸੀ, ਔਰ ਖਾਲਾ ਜੀ ਦਾ ਵਾੜਾ ਨਹੀਂ ਸੀ ਦਲਜੀਤ ਦਾ ਸ਼ੋਅ ਕਰਾਉਣਾ, ਕੋਈ ਆਮ ਬੰਦਾ ਨਹੀਂ ਕਰਾ ਸਕਦਾ। ਤੁਸੀਂ ਇਸ ਪਾਸੇ ਕਿਉਂ ਆਏ, ਕਿਉਂ ਦਲਜੀਤ ਦਾ ਸ਼ੋਅ ਕਰਾਇਆ, ਕੀ ਕਹਾਣੀ ਹੈ? ਕਿਉਂਕਿ ਕੰਨੂ ਚੌਹਾਨ ਦੇ ਨਾਲ ਪੰਜਾਬੀ ਬੰਦਾ ਛੇਤੀ ਜਾ ਕੇ ਰਲਦਾ ਨਹੀਂ, ਕਿਉਂਕਿ ਮਹਿੰਗੇ ਸ਼ੋਅ ਸਭ ਤੋਂ ਵੱਧ ਕੰਨੂ ਚੌਹਾਨ ਦੇ ਹੁੰਦੇ ਹੈ ਨਾ, ਉਹਦੇ ਬਾਰੇ ਦੱਸਿਓ ਥੋੜ੍ਹਾ ਜਿਹਾ। ਬਿਲਕੁਲ ਜੀ, ਮੈਂ ਜ਼ਰੂਰ ਦੱਸਣਾ ਚਾਹੁੰਦਾ, ਅਸੀਂ ਕਿਸੇ ਰੈਂਟਲ ਕਾਰ ਲੈ ਕੇ ਕੰਨੂ ਚੌਹਾਨ ਦਾ ਸ਼ੋਅ 1992-93 'ਚ ਦੇਖਣ ਗਏ ਸੀ, ਜਦੋਂ ਟਰੱਕ ਲੈਣ ਤੋਂ ਪਹਿਲਾਂ ਦੀ ਗੱਲ। ਹਾਂ, ਗੈਸ ਸਟੇਸ਼ਨ 'ਤੇ ਕੰਮ ਕਰਦੇ ਸੀ ਤਾਂ ਉੱਥੇ ਸਾਡੀ ਕਾਰ ਹੋ ਗਈ ਪੈਂਚਰ, ਕਾਰ ਹੋ ਗਈ ਪੈਂਚਰ ਤਾਂ ਸਾਰੀ ਰਾਤ ਅਸੀਂ ਉੱਥੇ ਬੈਠੇ ਰਹੇ ਉਹ ਪਾਰਕਿੰਗ ਲਾਟ ਦੇ ਵਿੱਚ, ਤਾਂ ਉੱਥੇ ਵੱਡੇ ਵੱਡੇ ਬੋਰਡ ਪੜ੍ਹਦੇ ਸੀਗੇ ਵੀ ਬੋਰਡ ਲੱਗੇ ਆ, ਲਕਸ਼ਮੀਕਾਂਤ ਪਿਆਰੇ ਲਾਲ, ਅਨਿਲ ਕਪੂਰ ਸਾਰੇ ਕਈ ਆਏ ਸੀਗੇ, ਕਾਨੂੰ ਚੌਹਾਨ ਪ੍ਰੈਜੈਂਟ। ਫਿਰ ਰਾਤ ਨੂੰ ਜਦੋਂ ਫਿਰ ਹੁਣ ਆਪਾਂ ਪੀਂਦੇ ਨਹੀਂ ਸੀਗੇ ਤਾਂ ਉਹ ਜਿਹੜੇ ਪੀਣ ਵਾਲੇ ਸੀ ਉਹ ਕਦੀ ਕੁਛ ਸਾਰੇ ਮੁੰਡੇ ਹੈ ਨਾ, ਤਾਂ ਉਹ ਨਾ ਕਹਿਣ ਵੀ ਕਾਨੂੰ ਚੌਹਾਨ ਨੂੰ ਮਿਲਣਾ, ਕਾਨੂੰ ਨੂੰ ਮਿਲਣਾ। ਮੈਂ ਕਿਹਾ ਜ਼ਿੰਦਗੀ 'ਚ ਰਿਹਾ ਨਾ ਤਾਂ ਇੱਕ ਵਾਰੀ ਕਾਨੂੰ ਚੌਹਾਨ ਦੇ ਨਾਲ ਸ਼ੋਅ ਐਸੇ 'ਤੇ ਕਰਾਉਣਾ, ਰਾਈਟ? ਉਹ ਮੇਰੀ ਮਹਾਰਾਜ ਸੱਚੇ ਪਾਤਸ਼ਾਹ ਨੇ ਇੰਨੀ ਬਖਸ਼ਿਸ਼ ਕੀਤੀ ਕਿ ਸ਼ੋਅ ਵੀ ਸਰਦਾਰ ਦਾ ਹੀ ਹੋ ਗਿਆ। ਮੈਂ ਤਾਂ ਕਿਹਾ ਵੀ ਸ਼ੋਅ ਕਰਾਉਣਾ, ਮੈਂ ਇਹ ਨਹੀਂ ਸੋਚਿਆ ਸੀਗਾ ਵੀ ਪੰਜਾਬੀ ਦਾ ਕਰਾਉਣਾ, ਸਿੱਧੀ ਜਿਹੜੀ ਗੱਲ ਆ। ਮੈਂ ਕਿਹਾ ਵੀ ਇੱਕ ਵਾਰੀ ਸ਼ੋਅ ਕਰਾਉਣਾ ਵੀ ਕਾਨੂੰ ਚੌਹਾਨ ਦਾ ਕਰਾਉਣਾ, ਸਾਰੀ ਰਾਤ ਉੱਥੇ ਬੈਠੇ ਰਹੇ, ਸਾਰੀ ਰਾਤ ਉੱਥੇ। ਮੁੜ ਕੇ ਦੂਜੇ ਦਿਨ ਸਵੇਰ ਨੂੰ ਆਟੋ ਵਾਲਾ ਆਇਆ, ਉਹਨੂੰ ਦੇਣ ਲਈ ਪੈਸੇ ਹੈ ਨਹੀਂ, ਤਾਂ ਨਾ ਤਾਂ ਮਸੀਂ ਕਿਤੇ ਉਹ ਮਿੰਤਾ ਮੁੰਤਾ ਕਰਕੇ ਵੀ ਤੂੰ ਸਾਡਾ ਟਾਇਰ ਪੈਂਚਰ ਕਰਵਾ ਲਾ ਕੇ ਦੇ ਦੇ, ਸਾਨੂੰ ATM ਤੱਕ ਲੈ ਜਾ ਤਾਂ ਫਿਰ ਉੱਥੋਂ ਤੁਹਾਨੂੰ ਕੱਢ ਕੇ ਪੈਸੇ ਦੇ ਦਿਆਂਗੇ। ਉਹਨਾਂ ਜ਼ਮਾਨਿਆਂ ਦੇ ਵਿੱਚ ਕੱਢ ਕੋ ਕਾਰਡ ਕੂੜੂ ਵੀ ਹੈ ਨਹੀਂ ਸੀਗੇ, ਸਿੱਧੀ ਜਿਹੜੀ ਗੱਲ ਆ। ਇੱਕ ਕੋਲ ਸੀਗਾ, ਉਹ ਤਾਂ ਚੱਲਦਾ ਹੀ ਨਹੀਂ ਸੀਗਾ, ਉਹ ਵੀ ਫਿਰ ਇੱਕ ਗੈਸ ਸਟੇਸ਼ਨ 'ਤੇ। ਉਹ ਬੜੀ ਲੰਬੀ ਸਟੋਰੀ ਆ, ਉਹ ਕਿਤੇ ਫਿਰ ਦੱਸਾਂਗੇ। ਪਰ ਹਾਂ, ਉੱਥੇ ਜਿਹੜਾ ਸਾਰੀ ਰਾਤ ਬਿਤਾਈ ਸੀ ਨਾ ਭੁੰਜੇ ਬੈਠ ਕੇ, ਤਾਂ ਉੱਥੇ ਇੱਕ ਗੱਲ ਮਹਾਰਾਜ ਅੱਗੇ ਕੀਤੀ ਸੀ ਵੀ ਇੱਕ ਵਾਰ ਜੇ ਜ਼ਿੰਦਗੀ ਰਹੀ ਨਾ ਇੱਥੇ ਸ਼ੋਅ ਕਰਾਉਣਾ ਕਾਨੂੰ ਚੌਹਾਨ ਦੇ ਨਾਲ। ਅਤੇ ਫਿਰ ਉਹ ਦਲਜੀਤ ਨਾਲ ਕਿਵੇਂ ਮੇਲ ਹੋਇਆ? ਹਾਂ, ਤਾਂ ਉਸ ਤੋਂ ਬਾਅਦ ਕਿ ਉਹ ਭਾਈ ਸਾਹਿਬ ਦਾ ਇੱਕ ਦਾ ਫੋਨ ਆਇਆ ਵੀ ਦਲਜੀਤ ਦਾ ਸ਼ੋਅ ਆ, ਮੈਂ ਕਿਹਾ ਕਰਾਊਂਗਾ ਮੈਂ ਜੇ ਨੈਸੋ ਕਾਲਸੀਅਮ 'ਚ ਹੋਣਾ। ਕਹਿੰਦੇ ਨਹੀਂ, ਜਰਸੀ 'ਚ ਕਰਾ ਵਧੀਆ ਹੋਊਗਾ। ਮੈਂ ਕਿਹਾ ਕਰਾਉਣਾ ਹੀ ਮੈਂ ਉੱਥੇ ਆ, ਦਿਲ ਦੀ ਚਾਹਤ ਹੈ, ਇੱਕ ਵਾਰੀ ਦਿਲ ਦੇ ਮੋਹ ਰੱਬ ਨੇ ਅੱਗੇ ਗੱਲ ਕਢਵਾਈ ਆ ਵੀ ਉੱਥੇ ਕਰਾਉਣਾ ਤਾਂ ਕਾਨੂੰ ਚੌਹਾਨ ਦੇ ਕਰਾਉਣਾ, ਮੇਰੀਆਂ ਦੋ ਸ਼ਰਤਾਂ, ਬਾਕੀ ਤਾਂ ਮੈਨੂੰ ਕੋਈ ਸ਼ਰਤ ਦਾ ਨਹੀਂ ਪਤਾ, ਤਾਂ ਜੇ ਦੋਨੋਂ ਸ਼ਰਤਾਂ ਹੈਗੀਆਂ ਤਾਂ ਮੈਂ ਨਾਲ ਆ। ਤਾਂ ਫਿਰ ਕਹਿੰਦੇ ਤੂੰ ਕਰਾ ਲਾ, ਮੈਂ ਕਿਹਾ ਚੱਲ ਆ ਜਾ। ਸੋ ਬਹੁਤ ਵਧੀਆ ਗੱਲਾਂ ਬਾਤਾਂ ਹੋਈਆਂ ਤੁਹਾਡੇ ਨਾਲ, ਖਾਸ ਕਰਕੇ ਮੈਂ ਦਲਜੀਤ ਦੀ ਗੱਲ ਤਾਂ ਕੀਤੀ ਹੈ ਕਿਉਂਕਿ ਜੇ ਮਨ ਦੇ ਵਿੱਚ ਧਾਰਿਆ ਹੋਵੇ ਕੀ ਨਹੀਂ ਹੋ ਸਕਦਾ। ਇੱਕ ਜਗ੍ਹਾ 'ਤੇ ਤੁਸੀਂ ਗੈਸ ਸਟੇਸ਼ਨ 'ਤੇ ਕੰਮ ਕਰਦੇ ਹੋ 1992 ਦੇ ਵਿੱਚ, ਉੱਥੇ ਤੁਸੀਂ ਕਿਤੇ ਮਨ ਦੇ ਵਿੱਚ ਇੱਕ ਸੁਪਨਾ ਹੁੰਦਾ ਵੀ ਇਹਦੇ ਬੰਦੇ ਨਾਲ ਅਸੀਂ ਸ਼ੋਅ ਕਰਾਵਾਂਗੇ, ਅਤੇ ਰੱਬ ਨੇ ਉਹ ਸੁਪਨਾ ਪੂਰਾ ਕੀਤਾ। ਮੈਨੂੰ ਪਤਾ ਵੀ ਤੁਹਾਡੇ ਕੋਲ ਉਹ ਸਪੋਂਸਰ ਕਰਵਾਉਣ ਦੇ ਲਈ ਆਏ ਸੀ ਅਤੇ ਤੁਸੀਂ ਕਿਹਾ ਸੀ ਸ਼ੋਅ ਹੀ ਮੈਂ ਕਰਾਊਂਗਾ, ਹੈ ਨਾ? ਅਤੇ ਓਂਕਾਰ ਸਿੰਘ ਜੀ, ਪਿੰਡ ਨਾਲ ਕਿਵੇਂ ਜੁੜੇ ਹੋਏ ਆ? ਅੱਜ ਤੁਸੀਂ ਬੁਲੰਦੀਆਂ 'ਤੇ ਪਹੁੰਚ ਗਏ ਹੋ, ਆਪਣੇ ਬਿਜ਼ਨਸ ਸਾਰੇ ਤੁਹਾਡੇ ਸੈੱਟ ਨੇ, ਪਰਮਾਤਮਾ ਦਾ ਵਧੀਆ ਕੰਮ ਜਿਹੜਾ ਤੁਹਾਡਾ ਚਲਾਇਆ ਹੋਇਆ, ਤੁਹਾਡੇ ਪਰਮਾਤਮਾ ਅੰਗ ਸੰਗ ਸਹਾਈ ਹੋ ਕੇ ਕੰਮ ਕਰਵਾ ਰਹੇ ਨੇ, ਬ੍ਰੋਕਰੇਜ, ਫਾਈਨੈਂਸ, ਟਰੱਕਿੰਗ, ਵੇਅਰ ਹਾਊਸ, ਨਾਲ ਨਾਲ ਲੋਕ ਭਲਾਈ ਦੇ ਕੰਮ ਵੀ ਤੁਸੀਂ ਕਰਦੇ ਹੋ। ਪਰ ਪਿੰਡ ਨਾਲ ਹੁਣ ਵੀ ਕਿਵੇਂ ਜੁੜੇ ਹੋਏ ਹੋ? ਉਹਨਾਂ ਯਾਰਾਂ ਮਿੱਤਰਾਂ ਨਾਲ ਕਿਵੇਂ ਜੁੜੇ ਹੋਏ ਜਿਨ੍ਹਾਂ ਨਾਲ ਫੁੱਟਬਾਲ ਖੇਡਦੇ ਸੀ, ਜਦੋਂ ਆਪਾਂ ਕੰਮ ਸਟਾਰਟ ਕੀਤਾ ਸੀ, ਪਲੱਸ ਟੂ ਦਾ ਨਤੀਜਾ ਜਿਹੜਾ ਨਹੀਂ ਆਇਆ ਸੀ, ਉਹ ਸਕੂਲ ਦੇ ਵਿੱਚ ਦੁਬਾਰਾ ਗਏ ਹੋ, ਉਹ ਯਾਦਾਂ ਨਾਲ ਅੱਜ ਕਿਵੇਂ ਜੁੜੇ ਹੋ? ਬਿਲਕੁਲ ਜੀ, ਮਹਾਰਾਜ ਸੱਚੇ ਪਾਤਸ਼ਾਹ ਦੀ ਬਖਸ਼ਿਸ਼ ਨਾਲ ਬੜੇ ਚੰਗੀ ਤਰ੍ਹਾਂ ਜੁੜਿਆ, ਪਿੰਡ ਦੀ ਗਰਾਊਂਡ ਨਾਲ ਬੜਾ ਚੰਗੀ ਤਰ੍ਹਾਂ ਜੁੜਿਆ ਹੋਇਆ, ਪਿੰਡ ਦੀ ਗਰਾਊਂਡ ਨੂੰ ਵਾਹ ਕੇ ਚੰਗੀ ਤਰ੍ਹਾਂ ਪੱਧਰੀ ਕਰਾ ਕੇ 5-7 ਲੱਖ ਰੁਪਈਆ ਲਾ ਕੇ ਤਾਂ ਉੱਥੇ ਜਾ ਕੇ ਉਹ ਇੱਕ ਵੱਖਰਾ ਹੀ ਨਜ਼ਾਰਾ ਆ। ਤਾਂ ਬਾਕੀ ਜਾਣਦਾ, ਪਿੰਡ ਜਾਣਦਾ ਕਿ ਅੱਜ ਵੀ ਤਕਰੀਬਨ 40,000 ਰੁਪਈਏ ਦੀ ਪੈਨਸ਼ਨ ਜਿਹੜੀ ਹੈਗੀ ਹੈ ਐਵਰੀ ਮੰਥ ਉੱਥੇ ਲੱਗੀ ਹੋਈ ਆ ਪਿੰਡ ਦੇ ਬੰਦਿਆਂ ਨੂੰ, ਕੁਛ ਸਕੂਲ ਵਾਲਿਆਂ ਨੂੰ, ਕੁਛ ਟੀਚਰਾਂ ਨੂੰ, ਕੁਛ ਲੋੜਵੰਦਾਂ ਨੂੰ, ਉਹ ਸਾਰੇ ਜਾਣਦੇ ਨੇ। ਤਾਂ ਉੱਥੇ ਜਾ ਕੇ ਤਾਂ ਆਪਣਾ ਵੱਖਰਾ ਹੀ ਨਜ਼ਾਰਾ, ਕਿੱਥੋਂ ਕਿ ਜਦ ਕੇ ਜਿਹੜੀ ਮੈਨੂੰ ਰੋਜ਼ ਹੀ ਜਿਹੜੇ ਸਕੂਲ 'ਚ ਇੱਕ ਦੋ ਟੀਚਰ ਲਗਾਏ ਨੇ ਉਹਨਾਂ ਦੀ ਹਾਜ਼ਰੀ ਦੀ ਫੋਟੋ ਆਉਂਦੀ ਆ, ਜਿਹੜੇ ਪਿੰਡ ਦੀ ਆਲੇ ਦੁਆਲੇ ਸਫਾਈ ਕਰਦੇ ਆ, ਮੈਂ ਤੁਹਾਨੂੰ ਦਿਖਾ ਦਾਂ ਰੋਜ਼ ਉਹਨਾਂ ਦੀ ਫੋਟੋ ਆਉਂਦੀ ਪਈ ਜਿਹਨਾਂ ਨੇ ਆਹ ਸਫਾਈ ਕਰ ਦਿੱਤੀ ਆ। ਤਾਂ ਜਾਣੀ ਕਿ ਆਪਾਂ ਪਿੰਡ ਨਾਲ ਪੂਰਾ ਜੁੜੇ ਹੋਏ ਹਾਂ, ਇਹਦੇ 'ਚ ਕੋਈ ਦੋ ਰਾਏ ਹੈ ਨਹੀਂ ਗੀ। ਓਂਕਾਰ ਸਿੰਘ ਜੀ, ਜਾਂਦੇ ਜਾਂਦੇ ਲਾਸਟ ਸਵਾਲ, NRIs ਦੀ ਕਿੰਨੀ ਕੁ ਲੋੜ ਆ ਪੰਜਾਬ ਦੇ ਪਿੰਡਾਂ ਨੂੰ, ਔਰ ਪੰਜਾਬ ਦੇ ਪਿੰਡਾਂ ਦੀ ਨੁਹਾਰ ਬਦਲਣ ਦੇ ਵਿੱਚ NRIs ਆਪਣਾ ਰੋਲ ਕਿਸ ਤਰ੍ਹਾਂ ਅਦਾ ਕਰ ਸਕਦੇ ਨੇ? ਬਹੁਤ ਵਧੀਆ ਸਵਾਲ ਪੁੱਛਿਆ, ਮੈਨੂੰ ਹੁਣ ਆਂਸਰ ਦੇ ਲੈਣ ਦਿਓ ਇਹਦਾ। ਹਾਂਜੀ, ਮੈਂ ਨਾ ਹੁਣ ਜਿਹੜਾ ਹੁਣ ਕਿਸਾਨਾਂ ਦਾ ਚੱਲ ਰਿਹਾ, ਮੈਂ ਅੱਜ ਹੀ ਸੁਖਵਿੰਦਰ ਭਾਅ ਜੀ ਨੂੰ ਫੋਨ ਕੀਤਾ, ਮੈਂ ਕਿਹਾ ਵੀ ਆਪਾਂ ਇੱਦਾਂ ਕਰਦੇ ਹਾਂ ਵੀ ਇੱਥੇ ਕਿਤੇ ਚੱਲਦੇ ਹਾਂ ਵੀ ਜਿੱਦਾਂ ਸ਼ੋਪ ਰਾਈਟਾਂ ਜਿਹੜੇ ਵੱਡੇ ਸਟੋਰ ਆ ਉਹਨਾਂ ਨੂੰ ਕੀ ਚਾਹੀਦਾ, ਆਪਾਂ ਤਕਰੀਬਨ ਆਪਾਂ ਜ਼ਿਲ੍ਹਾ ਲੈ ਲੈਂਦੇ ਹਾਂ, ਇੱਕ ਜ਼ਿਲ੍ਹਾ ਫੜ ਕੇ ਜੋ ਵੀ ਕਿਸਾਨਾਂ ਨੂੰ ਦਾ ਆਪਾਂ ਉਹ ਜਿਹੜੇ ਜ਼ਮੀਨ ਆ ਰਹਿਣ ਦਿਓ, ਆਪਾਂ ਇਹਨਾਂ ਨੂੰ ਕੁਛ ਨਹੀਂ ਵੇਚਣਾ, ਜੋ ਇੱਥੇ ਚਾਹੀਦਾ ਆਪਾਂ ਉਹਨਾਂ ਨੂੰ ਕਹਿੰਦੇ ਹਾਂ ਉਗਾਓ, ਉਹਨਾਂ ਨੂੰ ਪੂਰਾ ਦਿੰਦੇ ਪੈਸਾ, ਆਪਾਂ ਉੱਥੇ ਸ਼ਿਪ ਕਰਾ ਕੇ ਇੱਥੇ ਲਿਆ ਕੇ ਇੱਥੇ ਵੇਚਦੇ ਹਾਂ।
राइट, तो उन्होंने उस गौरमेंट नूं जिहड़े साडियां तरले कढ़ाए हुए ने साडे है ना, वह साडा साडे मैं तो तुम की दसा, मैं तो रो पैना उदों दल देख के, मैं आप खड़वाया आ, आप सारा कुछ किया, आप मोटर चलाइया राइट, तो हुण वह करन की डाया। सब तो वड्डी गल एक जिहड़े उत्थे आंसर दे रहे सारे राइट, उन्होंने कहो भी एक बोरी कणक की जदों बनाउणी हुंदी आ राइट, उहनूं दसो भी किन्ना टाइम लगता, किन्ना खर्चा आउंदा, किन्ने खेत च हुंदी आ। कदी उन्हां नूं पुछो, देखो भी गन्ने का एक साल की फसल आ है ना, एको ही फसल निकलती है, वह कि टाइम लगता, कि खर्चा आता, कि पानी लगता, कि खाद लगती है तो तू मुड़ के प्राइस लाने तुम कंप्यूटर वाले बैठे हाँ, तुम पता भी उ टाइम कि लगा। तो मैं यही मैं चाहता कि जे किसी मैं मेरा बस चले ना, मैं ना जिन्ना भी पंजाब की सारी फसल आनू उ इतने की जरूरत के मुताबिक उन्हों तो करवावा, उन्होंने उतों शिप करा के इतने इन्हों देव बिजनेस लई नहीं किसान ले। बिल्कुल, सो बहुत वधिया मैसेज तुसीं जांदे जांदे साडे दर्शकां नाल सांझे कीता, बहुत धन्नवाद तुहाडा, अपना ही लाइफ का एक्सपीरियंस साडे नाल तुसीं शेयर किया, थैंक यू वेरी मच। सो दर्शको, ये सन ओंकार सिंह जी, जाते जाते उन्होंने वाकई ये गल दसी भी NRI पंजाबी जे चाहुण तां पंजाब दे नाल किवें जुड़ के रह सकते ने, उत्थे सानू कारपोरेट घराणियां दी लोड़ नहीं, इत्थे जिहड़े बाहर NRIs बैठे ना जे चाहुण तां वह कारपोरेटां वाला काम आ जिहड़ा वह भलाई दे तौर पर पंजाब दे नाल जुड़ के कर सकते हैं, इत्थों दे जिहड़े स्टोरां नूं जिहड़ा समान चाहिए उत्थों शिप करवाउण, इत्थे उन्हां नूं प्रोवाइड होवे ते उन्हां नूं बनदा जिहड़ा उहदा मेहताना जिहड़ा वह मिल सके। सो इस तरह तुसी जुड़े रहो साडे प्रोग्राम मेरा अमेरिका दे नाल, अज दे प्रोग्राम नाल रिलेटेड तुहाडा कोई सुझाव होवे तां तुसी मैनूं ईमेल कर सकते हो gilpradeep11@yahoo.in। सत श्री अकाल, रब रखा।